ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦਾਤਾਬੋ ਗੁਰ ਹਿਰਦਾਤਾਬੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋਂ ਤਰਾ ਪਰ ਪੂਨ ਪੂਨ ਸੀਸ ਪੂਨ ਪੂਨ ਸੀਸ ਬੰਦੋਂ ਬਾਰ ਬਾਰ ਜਗਦੀਸ਼ ਜਿਸਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਈਂ ਦਿੱਤਾ ਝੰਜੀ ਜੋਏ ਸਹਿਤੋ ਜਾਟ ਲਵਪੁਰੀ ਸੋਏ ਸਾਈਂ ਦਿੱਤਾ ਝੰਜੀ ਜੋਏ
ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ, ਮੀਰੀ ਪੀਰੀ ਦੇ ਮਾਲਕ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੂਹ ਅਸਥਾਨ ਗੁਰਦੁਆਰਾ ਸ੍ਰੀ ਚੇਲਿਆਣਾ ਸਾਹਿਬ ਵਿਖੇ, ਔਰ ਇਹ ਮਹਾਨ ਸ਼ਹੀਦਾਂ ਦਾ ਅਸਥਾਨ ਵੀ ਹੈ। ਇਸ ਕਰਕੇ ਆਪਾਂ ਹਰ ਸਾਲ ਹੀ 6 ਜੂਨ 1984 ਦਾ ਜਦੋਂ ਘੱਲੂਘਾਰੇ ਦਾ ਸਾਲਾਨਾ ਦਿਹਾੜਾ ਹੁੰਦਾ ਹੈ, ਉਦੋਂ ਸਮੁੱਚੇ ਇਲਾਕੇ ਵਿੱਚ ਸ਼ਹੀਦੀ ਦੀਵਾਨਾਂ ਦੀ ਸਮਾਗਮਾਂ ਦੀ ਲੜੀ ਪ੍ਰਾਰੰਭ ਹੁੰਦੀ ਹੈ, ਔਰ ਇਹ ਲੜੀ 1 ਅਪ੍ਰੈਲ ਤੋਂ ਪ੍ਰਾਰੰਭ ਹੋਈ ਸੀ। ਪੂਰਾ ਅਪ੍ਰੈਲ ਦਾ ਮਹੀਨਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ਹੀਦੀ ਸਮਾਗਮਾਂ ਦੀ ਲੜੀ ਚੱਲਦੀ ਰਹੀ ਹੈ। ਫਿਰ 1 ਮਈ ਤੋਂ ਲੈ ਕੇ ਅੱਜ ਤੱਕ ਇਹਨਾਂ ਸ਼ਹੀਦੀ ਸਮਾਗਮਾਂ ਦੀ ਲੜੀ ਆਪਣੇ ਸਮੁੱਚੇ ਇਲਾਕੇ ਦੇ ਵਿੱਚ ਚੱਲ ਰਹੀ ਹੈ। ਆਪ ਸੰਗਤਾਂ ਨੇ ਨਗਰਾਂ ਦੀ ਸਮਾਗਮ, ਨਗਰਾਂ ਦੇ ਜੋ ਪ੍ਰੋਗਰਾਮ ਬਣੇ ਆ ਉਹਨਾਂ ਦੀ ਸੰਪੂਰਨਤਾ ਦਾ ਅੱਜ ਇਸ ਪਾਵਨ ਪਵਿੱਤਰ ਅਸਥਾਨ ਉੱਤੇ ਸ਼ਹੀਦੀ ਦੀਵਾਨਾਂ ਨੂੰ ਆਪਾਂ ਨਗਰਾਂ ਦੇ ਸਮਾਗਮਾਂ ਨੂੰ ਸੰਪੂਰਨ ਕਰਨ ਜਾ ਰਹੇ ਹਾਂ। ਆਪ ਜੀ ਨੇ ਜੁਗੋ ਜੁਗ ਅਟਲ ਗਰੀਬ ਨਿਵਾਜ ਸਤਿਗੁਰੂ, ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿੱਥੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕੀਤੇ ਹਨ, ਉੱਥੇ ਦੀਵਾਨ ਅਸਥਾਨ ਵਿੱਚ ਬੈਠ ਕਰਕੇ ਜਥੇ ਦੇ ਛੋਟੇ ਭਟੰਗੀ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਬੀਬੀਆਂ ਨੂੰ ਮੇਰੀ ਬੇਨਤੀ ਹੈ, ਇਕਾਗਰਤਾ ਬਣਾ ਕੇ ਰੱਖੋ, ਬੱਚਿਆਂ ਨੂੰ ਵੀ ਚੁੱਪ ਕਰਾਉਣਾ ਔਰ ਆਪ ਵੀ ਧਿਆਨ ਪੂਰਵਕ ਸੰਗਤ ਵਿੱਚ ਬੈਠਣਾ, ਇਹ ਜ਼ਰੂਰੀ ਮੇਰੀ ਬੇਨਤੀ ਪ੍ਰਵਾਨ ਕਰਨੀ। ਸੋ ਸਾਧ ਸੰਗਤ ਜੀ, ਕੱਲ੍ਹ 1 ਜੂਨ ਦਾ ਸ਼ਹੀਦੀ ਘੱਲੂਘਾਰਾ ਹਫ਼ਤਾ ਪ੍ਰਾਰੰਭ ਹੋ ਰਿਹਾ ਹੈ। ਅੱਜ ਤੋਂ 34-35 ਸਾਲ ਪਹਿਲਾਂ ਸਿੱਖ ਕੌਮ ਦੇ ਉੱਤੇ ਬੜਾ ਕਹਿਰ ਢਾਇਆ ਗਿਆ, ਬੜਾ ਜ਼ਬਰ ਕੀਤਾ ਗਿਆ, ਜ਼ੁਲਮ ਕੀਤਾ ਗਿਆ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਵੀ, ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਕਹਿਰਾਂ ਭਰਿਆ ਹਮਲਾ ਕੀਤਾ ਹੈ, ਇਹ ਸਾਡੇ ਸ਼ਹੀਦਾਂ ਦੀ ਯਾਦ, ਇਹ ਕੀਤਾ ਹੋਇਆ ਹਮਲਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਉੱਤੇ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਉੱਤੇ ਕੀਤਾ ਹੋਇਆ ਹਮਲਾ, ਗੁਰੂ ਕਾ ਪਿਆਰਾ ਸਿੱਖ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ, ਉਹਨੂੰ ਕਦੇ ਇਹ ਕੀਤਾ ਹੋਇਆ ਜ਼ੁਲਮ ਭੁੱਲ ਨਹੀਂ ਸਕਦਾ। ਔਰ ਜਦੋਂ ਜੂਨ ਦਾ ਪਹਿਲਾ ਹਫ਼ਤਾ ਆਉਂਦਾ, ਹਰ ਸਿੱਖ ਦੀ ਆਤਮਾ ਤੜਪਦੀ ਹੈ
ਕਿ ਕਿੰਨਾ ਵੱਡਾ ਉਦੋਂ ਭਿਆਨਕ ਹਮਲਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਉੱਤੇ ਕੀਤਾ ਗਿਆ। ਸਾਧ ਸੰਗਤ ਜੀ, ਜਿਸ ਦਰ ਉੱਤੇ ਜਾ ਕੇ ਦੁਨੀਆ ਨਮਸਕਾਰਾਂ ਕਰਦੀ ਹੈ, ਜਿਸ ਦਰ ਉੱਤੇ ਲੋਕ ਜਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਦੁੱਖਾਂ ਤੋਂ ਮੁਕਤੀ ਪ੍ਰਾਪਤ ਕਰਦੇ ਹੈ, ਜਿਸ ਦਰ ਉੱਤੇ ਦੁਨੀਆ ਦੇ ਕਿਸੇ ਵੀ ਧਰਮ ਦਾ ਮਨੁੱਖ ਚੱਲ ਕੇ ਜਦੋਂ ਆ ਜਾਂਦਾ ਹੈ, ਉਸ ਨੂੰ ਸਤਿਗੁਰੂ ਮਹਾਰਾਜ ਜੀ ਆਪਣੇ ਦਰੋਂ ਕਦੇ ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦੇ। ਹਰ ਜਾਚਕ ਦੀ ਉੱਥੇ ਝੋਲੀ ਭਰਦੀ ਹੈ, ਹਰ ਪ੍ਰਾਣੀ ਮਾਤਰ ਜਿੱਥੋਂ ਸ਼ਾਂਤੀ ਪ੍ਰਾਪਤ ਕਰਦਾ ਹੈ, ਹਰ ਪ੍ਰਾਣੀ ਮਾਤਰ ਦੁਨਿਆਵੀ ਬਰਕਤਾਂ ਜਿੱਥੋਂ ਲੈਂਦਾ ਹੈ, ਹਰ ਪ੍ਰਾਣੀ ਮਾਤਰ ਜਿੱਥੋਂ ਰੂਹਾਨੀ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਦਾ ਹੈ, ਉਸ ਅਸਥਾਨ ਉੱਤੇ ਐਡਾ ਵੱਡਾ ਹਮਲਾ, ਐਡਾ ਵੱਡਾ ਅਤਿਆਚਾਰ ਕਰਨਾ, ਇਹ 20ਵੀਂ ਸਦੀ ਦਾ ਸਭ ਤੋਂ ਵੱਡਾ ਜ਼ੁਲਮ ਹੋਇਆ, ਜਿਸ ਨਾਲ ਇਸ ਬ੍ਰਹਿਮੰਡ ਦੀ ਧਰਤੀ ਵੀ ਕੰਬ ਗਈ, ਬ੍ਰਹਿਮੰਡ ਵੀ ਕੰਬਿਆ, ਔਰ ਸਾਧ ਸੰਗਤ ਜੀ ਦੁਨੀਆ ਦੀਆਂ ਆਤਮਾਵਾਂ ਵੀ ਜਿਹੜੀਆਂ ਸਨ ਉਸ ਵਕਤ ਡੋਲ ਗਈਆਂ ਜਦੋਂ ਇਹ ਹਮਲਾ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤਾ ਗਿਆ। ਸੋ ਕੱਲ੍ਹ 1 ਜੂਨ ਤੋਂ ਲੈ ਕੇ ਦਮਦਮੀ ਟਕਸਾਲ ਦਾ ਜੋ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੈ, ਤੁਹਾਡੇ ਇਲਾਕੇ ਨੂੰ ਇਹ ਬੜਾ ਵੱਡਾ ਸੁਭਾਗ ਮਿਲਿਆ ਇਸ ਸਦੀ ਵਿੱਚ ਕਿ ਦਮਦਮੀ ਟਕਸਾਲ ਦਾ ਹੈੱਡਕੁਆਟਰ ਤੁਹਾਡੇ ਇਸ ਇਲਾਕੇ ਵਿੱਚ ਮਹਿਤੇ ਨਗਰ ਵਿੱਚ ਸਥਾਪਿਤ ਹੋਇਆ ਅੱਜ ਤੋਂ 50 ਸਾਲ ਪਹਿਲਾਂ। ਭਾਵੇਂ ਕਿ ਇਸ ਨਗਰ ਵਿੱਚ ਬ੍ਰਹਮ ਗਿਆਨੀ ਮਹਾਂਪੁਰਖ ਦਮਦਮੀ ਟਕਸਾਲ ਦੇ 11ਵੇਂ ਮੁਖੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਵੀ ਆਉਂਦੇ ਰਹੇ, ਫਿਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਵੀ ਕਥਾ ਕਰਨ ਆਉਂਦੇ ਰਹੇ, ਪਰ ਸਾਧ ਸੰਗਤ ਜੀ ਅੱਜ ਤੋਂ 50 ਸਾਲ ਪਹਿਲਾਂ ਇਹ ਕੇਂਦਰੀ ਅਸਥਾਨ ਤੁਹਾਡੇ ਇਸ ਇਲਾਕੇ ਵਿੱਚ ਸਥਾਪਿਤ ਹੋਇਆ। ਔਰ ਆਪਾਂ 22, 23, 24, 25 ਅਕਤੂਬਰ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਦਾ ਸਥਾਪਨਾ ਦਿਹਾੜਾ ਵੀ ਮਨਾਉਣ ਜਾ ਰਹੇ ਹਾਂ, ਔਰ 27, 28, 29 ਜੂਨ ਨੂੰ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਾ 50 ਸਾਲਾ ਸੱਚਖੰਡ ਗਵਨ ਦਿਹਾੜਾ ਵੀ ਮਨਾਉਣ ਜਾ ਰਹੇ ਹਾਂ। 20 ਦਿਨਾਂ ਬਾਅਦ ਇਹ ਜੋੜ ਮੇਲਾ ਪ੍ਰਾਰੰਭ ਹੋ ਜਾਣਾ ਹੈ। ਇਸ ਲਈ ਤਾਂ ਬੇਨਤੀ ਕੀਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਸਾਰੇ ਇਲਾਕੇ ਨੇ ਹੁੰਮ ਹਮਾ ਕੇ ਪਹੁੰਚਣਾ, ਹਾਜ਼ਰੀਆਂ ਭਰਨੀਆਂ, ਦੂਰੋਂ ਦੂਰੋਂ ਸੰਗਤਾਂ ਨੇ ਆਉਣਾ ਹੈ। ਸੋ ਭਾਈ, ਕੱਲ੍ਹ ਤੋਂ 1 ਜੂਨ ਤੋਂ ਮਹਿਤੇ ਵਿਖੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਅਸਥਾਨ 'ਤੇ ਸ਼ਹੀਦੀ ਘੱਲੂਘਾਰਾ ਹਫ਼ਤਾ ਆਰੰਭ ਹੋ ਰਿਹਾ ਹੈ। ਭਾਵੇਂ ਕਿ ਸ਼ਹੀਦਾਂ ਦੀ ਯਾਦ ਵਿੱਚ ਪਿਛਲੇ ਸਮੇਂ ਤੋਂ ਅਖੰਡ ਪਾਠ ਸਾਹਿਬਾਂ ਦੀ ਲੜੀ ਚੱਲ ਰਹੀ ਹੈ, ਪਰ ਵਿਸ਼ੇਸ਼ ਤੌਰ 'ਤੇ ਕੱਲ੍ਹ ਸ਼ਾਮ ਨੂੰ 4 ਵਜੇ ਤੋਂ 6:30-6 ਵਜੇ ਤੱਕ ਸ਼ਹੀਦੀ ਦੀਵਾਨ ਸਜਿਆ ਕਰਨੇ ਹਨ, ਜਿਨ੍ਹਾਂ ਸਮਾਗਮਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਕੀਰਤਨ ਕਰਿਆ ਕਰਨਗੇ, ਫਿਰ ਕਥਾ ਹੋਇਆ ਕਰੇਗੀ।
ਤੁਸੀਂ ਰੋਜ਼ਾਨਾ ਹੀ ਹੁੰਮ ਹਮਾ ਕੇ ਉਹਨਾਂ ਸਮਾਗਮ ਵਿੱਚ ਹਾਜ਼ਰੀ ਭਰਨੀ ਹੈ। ਇਹ ਜਿਹੜੀ ਤੁਹਾਡੀ ਹਾਜ਼ਰੀ ਹੈ, ਸ਼ਹੀਦਾਂ ਦੀ ਯਾਦ ਵਿੱਚ ਤੁਹਾਡੀ ਹਾਜ਼ਰੀ ਲੱਗਣੀ ਹੈ। ਜੋ ਤੁਸੀਂ ਉੱਥੇ ਸੇਵਾ ਕਰਨੀ ਉਹ ਵੀ ਸ਼ਹੀਦਾਂ ਦੇ ਦਰ 'ਤੇ ਪ੍ਰਵਾਨ ਹੋਣੀ ਹੈ। ਔਰ 6 ਜੂਨ ਨੂੰ ਤੁਸੀਂ ਸਾਰੇ ਇਲਾਕੇ ਨੇ ਜਿੱਥੇ ਦੁਨੀਆ ਭਰ ਵਿੱਚੋਂ, ਪੰਜਾਬ ਦੇ ਕੋਨੇ ਕੋਨੇ ਵਿੱਚੋਂ ਸੰਗਤਾਂ ਵਹੀਰਾਂ ਘੱਤ ਕੇ ਪਹੁੰਚ ਰਹੀਆਂ, ਉੱਥੇ ਸਮੁੱਚੇ ਇਲਾਕੇ ਨੇ ਵੀ ਲੱਕ ਬੰਨ੍ਹ ਕੇ 6 ਜੂਨ ਨੂੰ ਵਿਸ਼ੇਸ਼ ਤੌਰ 'ਤੇ ਉਹਨਾਂ ਸ਼ਹੀਦੀ ਸਮਾਗਮਾਂ ਵਿੱਚ ਪਹੁੰਚ ਕੇ ਸ਼ਿਰਕਤ ਕਰਨੀ ਆ, ਆਪਣੀ ਹਾਜ਼ਰੀ ਭਰਨੀ ਆ ਸ਼ਹੀਦਾਂ ਦੇ ਚਰਨਾਂ ਵਿੱਚ। ਆਪਾਂ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ। ਆਓ ਸਾਧ ਸੰਗਤ ਜੀ, ਮਨ ਬਿਰਤੀ ਨੂੰ ਇਕਾਗਰ ਕਰੋ, ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸੁਣੋ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਗੁਰਸਿੱਖਾਂ ਦੇ ਪ੍ਰਸੰਗਾਂ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਗੁਰੂ ਕੇ ਸਿੱਖ ਆ ਰਹੇ ਹੈ। ਜੋ ਸਤਿਗੁਰੂ ਨੂੰ ਬੇਨਤੀਆਂ ਕਰਦੇ ਆ ਉਹਨਾਂ ਉੱਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਨ ਬਖਸ਼ਿਸ਼ਾਂ ਕਰਕੇ ਉਪਦੇਸ਼ ਦੇ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਸੰਗਤਾਂ ਸ਼ਰਧਾ ਭਾਵਨਾ ਨਾਲ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਈਂ ਦਿੱਤਾ ਝੰਜੀ ਜੋਏ, ਇਹ ਸਿੱਖ ਹੈ, ਸਿੱਖਾਂ ਦੇ ਨਾਮ ਹੈ ਭਾਈ ਸਾਈਂ ਦਿੱਤਾ ਹੈ, ਝੰਜੀ ਜਾਤੀ ਦਾ ਹੈ ਜੋ ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਭਾਈ ਸਾਈਂ ਦਿੱਤਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹੈ। ਸੈਦੋ ਜਾਟ ਲਵਪੁਰੀ ਸੋਏ, ਔਰ ਸੈਦੋ ਜਾਟ ਲਾਹੌਰ ਦਾ ਰਹਿਣ ਵਾਲਾ, ਇਹ ਵੀ ਤੀਸਰਾ ਸਿੱਖ, ਦੂਸਰਾ ਸਿੱਖ ਸਤਿਗੁਰਾਂ ਦੇ ਪਾਵਨ ਦਰਸ਼ਨ ਕਰਨ ਵਾਸਤੇ ਆਇਆ ਹੈ। ਅਪਰ ਸਿੱਖ ਲਵਪੁਰ ਕੇ ਸਾਰੇ, ਇਹ ਲਾਹੌਰ ਦੇ ਰਹਿਣ ਵਾਲੇ ਹੋਰ ਵੀ ਬਹੁਤ ਸਿੱਖ ਇਹਨਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਏ ਹੈ। ਸ੍ਰੀ ਗੁਰ ਅਮਰ ਸੇਵਕ ਉਤਾਰੇ, ਇਹ ਸਾਰੇ ਜਿੰਨੇ ਵੀ ਸਿੱਖ ਹੈ ਨਾ, ਇਹਨਾਂ ਨੇ ਗੁਰਸਿੱਖੀ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚੋਂ ਧਾਰਨ ਕੀਤੀ, ਭਾਵ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਸਿੱਖ ਹਨ। ਇਸ ਕਰਕੇ ਇਹਨਾਂ ਨੇ ਗੁਰਸਿੱਖੀ ਵੀ ਧੰਨ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਕੀਤੀ, ਔਰ ਉਸ ਸਮੇਂ ਤੋਂ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਵਿੱਚ ਹੀ ਲੱਗੇ ਹੋਏ ਹੈ। ਔਰ ਰਹਿਣ ਵਾਲੇ ਕਿੱਥੋਂ ਦੇ ਹਨ? ਲਾਹੌਰ ਦੇ ਰਹਿਣ ਵਾਲੇ ਹੈ, ਲਾਹੌਰ ਦੇ ਵਸਨੀਕ ਹਨ। ਕਰੇ ਪ੍ਰਸੰਨ ਸਰਬ ਹੀ ਰੀਤ, ਸਤਿਗੁਰਾਂ ਦੀ ਸੇਵਾ ਕਰ ਕਰਕੇ ਧੰਨ ਗੁਰੂ ਅਮਰਦਾਸ ਜੀ ਨੂੰ ਇਹਨਾਂ ਸਿੱਖਾਂ ਨੇ ਹਰ ਤਰ੍ਹਾਂ ਕਰਕੇ ਪ੍ਰਸੰਨ ਕੀਤਾ, ਭਾਵ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲਈਆਂ ਹਨ। ਸੇਵਾ ਕਰ ਵੀ ਕੋਈ ਭਾਗਾਂ ਵਾਲਾ ਸਕਦਾ, ਅਤੇ ਸੇਵਾ ਕਰਨ ਤੋਂ ਬਾਅਦ ਖੁਸ਼ੀ ਵੀ ਕੋਈ ਕਰਮਾਂ ਵਾਲਾ ਲੈ ਸਕਦਾ? ਹਰ ਬੰਦਾ ਸੇਵਾ ਕਰਕੇ ਖੁਸ਼ੀ ਨਹੀਂ ਲੈ ਸਕਦਾ। ਸੰਗਤ ਜੀ, ਸੇਵਾ ਕਈ ਵਾਰੀ ਬੰਦਾ ਬੜੀ ਕਰਦਾ, ਪਰ ਅਖੀਰ ਉਹਦੇ ਪੱਲੇ ਕੀ ਪੈ ਜਾਂਦਾ? ਮਤ ਥੋੜ੍ਹੀ ਸੇਵ ਗਵਾਈ ਹੈ, ਥੋੜ੍ਹੀ ਅਕਲ ਕਰਕੇ ਸੇਵਾ ਗਵਾ ਕੇ ਬਹਿ ਜਾਂਦਾ ਆਪਣੀ ਸਾਰੀ। ਇਸ ਕਰਕੇ ਸੇਵਾ ਕਰਨੀ ਵੀ ਭਾਗਾਂ ਵਾਲੇ ਦੇ ਹਿੱਸੇ ਵਿੱਚ ਹੈ, ਅਤੇ ਉਸ ਤੋਂ ਵੱਡੇ ਕਰਮ ਕਿਹਦੇ ਹੁੰਦੇ ਆ? ਜਿਹੜਾ ਗੁਰੂ ਦੀ ਸੇਵਾ ਕਰਕੇ, ਸੰਗਤ ਦੀ ਸੇਵਾ ਕਰਕੇ
ਗੁਰਸਿੱਖਾਂ ਦੀ ਸੇਵਾ ਕਰਕੇ ਖੁਸ਼ੀਆਂ ਜੀਵਨ ਵਿੱਚ ਪ੍ਰਾਪਤ ਕਰ ਲਵੇ, ਖੁਸ਼ੀਆਂ ਲੈ ਲਵੇ। ਇਹ ਕਿਸੇ ਵਿਰਲੇ ਦੇ ਹਿੱਸੇ ਆਇਆ। ਸੇਵਾ ਕਰਨ ਵਾਲੇ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬਹੁਤ ਵੱਡੇ ਵੱਡੇ ਸਿੱਖ ਸਨ, ਜ਼ਿੰਦਗੀਆਂ ਲਾ ਦਿੱਤੀਆਂ, ਪਰ ਖੁਸ਼ੀ ਕੇਵਲ ਗੁਰੂ ਅੰਗਦ ਦੇਵ ਜੀ ਨੇ ਪ੍ਰਾਪਤ ਕੀਤੀ। ਸੇਵਾ ਤਾਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਵੀ ਬੜੇ ਸਿੱਖਾਂ ਨੇ ਕੀਤੀ, ਪਰ ਸਾਧ ਸੰਗਤ ਦੀ ਖੁਸ਼ੀਆਂ ਕੇਵਲ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੋਈਆਂ। ਇਸ ਕਰਕੇ ਇਹਨਾਂ ਨੇ ਹਰ ਤਰ੍ਹਾਂ ਤੀਸਰੇ ਪਾਤਸ਼ਾਹ ਜੀ ਨੂੰ ਸੇਵਾ ਕਰਕੇ ਖੁਸ਼ੀਆਂ ਲਈਆਂ। ਖੁਸ਼ੀਆਂ ਦਾ ਕੀ ਇਹਨਾਂ ਨੂੰ ਫਲ ਪ੍ਰਾਪਤ ਹੋਇਆ, ਖੁਸ਼ੀਆਂ ਦਾ ਕੀ ਇਹਨਾਂ ਨੂੰ ਫਲ ਮਿਲਿਆ ਹੈ, ਖੁਸ਼ੀ ਲੈਣ ਦਾ ਮਤਲਬ ਕੀ ਹੁੰਦਾ ਹੈ, ਅਗਲੇ ਪੱਖ ਵਿੱਚ ਸਾਰਾ ਦੱਸ ਰਹੇ ਹਨ। ਕਰੇ ਪ੍ਰਸੰਨ ਸਰਬ ਹੀ ਰੀਤ, ਸਾਰੇ ਤਰ੍ਹਾਂ ਕਰਕੇ ਗੁਰੂ ਅਮਰਦਾਸ ਜੀ ਨੂੰ ਪ੍ਰਸੰਨ ਕੀਤਾ। ਸ਼੍ਰੀ ਮੁਖ ਤੇ ਬੋਲੇ ਪਿਖ ਪ੍ਰੀਤ, ਇੱਕ ਦਿਨ ਇਹਨਾਂ ਦਾ ਪ੍ਰੇਮ, ਇਹਨਾਂ ਦੀ ਸੇਵਾ, ਇਹਨਾਂ ਦੀ ਘਾਲਣਾ ਵੇਖ ਕੇ ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹਨਾਂ ਨੂੰ ਬਚਨ ਕਹੇ। ਹਮ ਪ੍ਰਸੰਨ ਤੁਮ ਜਾਚਹੁ ਬਰ ਕੋ, ਮਹਾਰਾ ਕਹਿੰਦੇ ਅਸੀਂ ਪ੍ਰਸੰਨ ਹਾਂ, ਤੁਸੀਂ ਬਰ ਮੰਗੋ, ਜੋ ਤੁਹਾਨੂੰ ਚਾਹੀਦਾ ਅਸੀਂ ਦੇਵਾਂਗੇ। ਇਹ ਹੁੰਦੀ ਹੈ ਖੁਸ਼ੀ। ਖੁਸ਼ੀ ਲੈ ਕੇ ਹਿਰਦੇ ਵਿੱਚੋਂ ਦਾਤ ਸਤਿਗੁਰੂ ਆਪ ਦੇਣ ਵਾਸਤੇ ਤਿਆਰ ਹੋ, ਸੰਗਤ ਆਪ ਬਖਸ਼ਿਸ਼ਾਂ ਦੀ ਬਰਕਤ ਝੋਲੀ ਵਿੱਚ ਪਾਵੇ, ਸੇਵਾ ਤੋਂ ਪ੍ਰਸੰਨ ਹੋ ਕੇ। ਮਹਾਰਾਜ ਕਹਿੰਦੇ ਭਾਈ ਅਸੀਂ ਬਹੁਤੇ ਪ੍ਰਸੰਨ ਹਾਂ ਤੁਹਾਡੇ ਉੱਤੇ, ਤੁਸੀਂ ਬਰ ਮੰਗੋ, ਕੀ ਮੰਗਣਾ ਚਾਹੁੰਦੇ ਹੋ, ਅਸੀਂ ਤੁਹਾਨੂੰ ਸਭ ਕੁਝ ਦੇਣ ਵਾਸਤੇ ਤਿਆਰ ਹਾਂ। ਕਰੋ ਮਨੋਰਥ ਪੂਰਨ ਔਰ ਕੋ, ਜੋ ਤੁਹਾਡੇ ਮਨ ਦਾ ਮਨੋਰਥ ਹੈ, ਫੁਰਨਾ ਹੈ, ਕਾਮਨਾ ਹੈ, ਇੱਛਾ ਹੈ, ਉਹ ਸਾਰਾ ਤੁਹਾਡਾ ਪੂਰਾ ਕਰਾਂਗੇ। ਸਭ ਸਿੱਖਾਂ ਨੇ ਮਿਲ ਭਲੇ ਵਿਚਾਰ, ਸਾਰੇ ਸਿੱਖਾਂ ਨੇ ਮਿਲ ਕੇ ਇੱਕ ਬੜੀ ਭਲੀ ਵਿਚਾਰ ਕੀਤੀ, ਬਹੁਤ ਹੀ ਚੰਗੀ। ਸਿੱਖ ਆਪਣੇ ਲਈ ਨਹੀਂ ਮੰਗਦਾ, ਦੂਸਰਿਆਂ ਲਈ ਮੰਗਦਾ। ਜਿਹੜਾ ਬੰਦਾ ਆਪਣੇ ਲਈ ਮੰਗਦਾ ਉਹ ਖੁਦ ਗਰਜ ਹੈ, ਜਿਹੜਾ ਦੂਸਰਿਆਂ ਲਈ ਮੰਗਦਾ ਉਹ ਨਿਰਸਵਾਰਥ ਹੈ, ਪਰਉਪਕਾਰੀ ਹੈ, ਉਹ ਭਲਾ ਪੁਰਸ਼ ਹੈ, ਉਹ ਮਹਾਨ ਆਤਮਾ ਹੁੰਦੀ ਹੈ ਜਿਹੜਾ ਦੂਜਿਆਂ ਲਈ ਕੁਝ ਮੰਗੇ, ਦੂਜਿਆਂ ਦਾ ਭਲਾ ਲੋਚੇ। ਸੋ ਇਹਨਾਂ ਨੇ ਇਹ ਭਲੀ ਵਿਚਾਰ ਸਾਰਿਆਂ ਨੇ ਮਿਲ ਕੇ ਕੀਤੀ ਕਿ ਸਤਿਗੁਰੂ ਜੀ, ਗੁਰੂ ਅਮਰਦਾਸ ਜੀ ਬਹੁਤੇ ਆਪਣੇ 'ਤੇ ਪ੍ਰਸੰਨ ਹੋਏ ਹੈ, ਆਪਾਂ ਜੇ ਮੰਗਣਾ ਕੋਈ ਚੰਗੀ ਮੰਗ ਮੰਗੀ ਹੈ, ਐਵੇਂ ਨਾ ਛੋਟੀ ਛੋਟੀਆਂ ਮੰਗਾਂ ਮੰਨ ਕੇ ਆਪਾਂ ਲੋਕ ਪ੍ਰਲੋਕ ਦੇ ਸੁੱਖਾਂ ਤੋਂ ਖਾਲੀ ਹੋ ਜਾਈਏ। ਕਈ ਵਾਰੀ ਬੰਦਾ ਛੋਟੀ ਜਿਹੀ ਮੰਗ ਪਿੱਛੇ, ਥੋੜ੍ਹੇ ਜਿਹੇ ਮਨੋਰਥਾਂ ਪਿੱਛੇ, ਛੋਟੀਆਂ ਛੋਟੀਆਂ ਲਾਲਸਾਵਾਂ ਪਿੱਛੇ ਵੱਡੀ ਘਾਲਣਾ ਨੂੰ ਵਿਅਰਥ ਗਵਾ ਲੈਂਦਾ ਸੰਗਤ ਜੀ ਕਈ ਵਾਰੀ। ਇਸ ਕਰਕੇ ਮਹਾਰਾਜ ਕੋਲੋਂ ਇਹਨਾਂ ਨੇ ਇਹ ਮੰਗ ਮੰਗਣ ਵਾਸਤੇ, ਚੰਗੀ ਮੰਗ ਮੰਗਣ ਵਾਸਤੇ ਵਿਚਾਰ ਕੀਤੀ। ਹੱਥ ਜੋਰ ਗੁਰ ਨਿਕਟੇ ਉਚਾਰਾ, ਕੀ ਮੰਗ ਮੰਗੀ ਹੈ, ਧੰਨ ਗੁਰੂ ਅਮਰਦਾਸ ਜੀ ਦੇ ਨੇੜੇ ਆ ਕੇ ਇਹਨਾਂ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ। ਪ੍ਰਥਮ ਗੁਰੂ ਨਾਨਕਪੁਰ ਆਏ, ਮਹਾਰਾਜ ਜੀ ਆਪ ਜੀ ਤੋਂ ਪਹਿਲਾਂ ਨਾ ਲਾਹੌਰ ਸ਼ਹਿਰ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸਨ, ਉਹਨਾਂ ਨੇ ਚਰਨ ਪਾਏ ਸਨ।
ਉਹਨਾਂ ਨੇ ਲਾਹੌਰ ਦੀ ਧਰਤੀ ਨੂੰ ਨਵਾਜਿਆ ਸੀ। ਵੇਖਿਓ ਕਸਾਬਪੁਰਾ ਸੋ ਰਸਾਏ, ਪਰ ਲਾਹੌਰ ਵਿੱਚ ਕਸਾਈ ਜਿਹੜੇ ਸੀ ਨਾ, ਉਹ ਗਊਆਂ ਦਾ ਕਤਲ ਕਰ ਰਹੇ ਸਨ, ਗਊਆਂ ਨੂੰ ਮਾਰ ਰਹੇ ਸਨ। ਲਾਹੌਰ ਵਿੱਚ ਥਾਂ ਥਾਂ ਗਊਆਂ ਮਾਰੀਆਂ ਜਾ ਰਹੀਆਂ ਸਨ। ਲਾਹੌਰ ਸ਼ਹਿਰ ਕਸਾਈਆਂ ਦਾ ਸ਼ਹਿਰ ਬਣਿਆ ਹੋਇਆ ਸੀ। ਕਸਾਬਪੁਰਾ, ਪੁਰਾ ਨਾਮ ਸ਼ਹਿਰ ਦਾ ਹੈ, ਬਸਤੀ ਦਾ ਹੈ, ਕਸਾਬ ਦਾ ਅਰਥ ਹੈ ਕਸਾਈ। ਲਾਹੌਰ ਵਿੱਚ ਥਾਂ ਥਾਂ ਕਸਾਈ ਜਿਹੜੇ ਸਨ, ਉਹ ਗਊਆਂ ਦਾ ਕਤਲ ਕਰ ਰਹੇ ਸਨ। ਐਡਾ ਵੱਡਾ ਕਤਲ, ਗਊਆਂ ਨੂੰ ਮਾਰਨ ਵਾਲਾ ਅੱਤਿਆਚਾਰ ਹੁੰਦਾ ਵੇਖ ਕੇ, ਜ਼ੁਲਮ ਦੇਖ ਕੇ ਸਤਿਗੁਰੂ ਜੀ ਦੇ ਮਨ ਵਿੱਚ ਇਸ ਗੱਲ ਦਾ ਬਹੁਤ ਜ਼ਿਆਦਾ ਰੋਸ ਆਇਆ। ਲਖਿਓ ਪਾਪ ਹੋਏ ਘੋਰ ਮਹਾਨਾ, ਦੇਖਿਆ ਕਿ ਬੜਾ ਭਿਆਨਕ, ਬਹੁਤ ਵੱਡਾ ਪਾਪ ਹੋ ਰਿਹਾ ਹੈ ਇਸ ਧਰਤੀ ਦੇ ਉੱਤੇ। ਸਰਾਪਤ ਕੀਨਸ ਏ ਬਖਾਨਾ, ਉਹਨਾਂ ਨੇ ਆਪਣੇ ਮੁਖਾਰ ਬਿੰਦ ਤੋਂ ਪਾਪੀ ਲੋਕਾਂ ਨੂੰ ਇਸ ਤਰ੍ਹਾਂ ਇਸ ਧਰਤੀ ਨੂੰ, ਨਗਰੀ ਨੂੰ ਇਹ ਬਚਨ ਕੀਤੇ ਸਨ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਜਿਹੜਾ ਲਾਹੌਰ ਸ਼ਹਿਰ ਹੈ ਨਾ, ਇਹਦੇ ਵਿੱਚ ਸਵਾ ਪਹਿਰ ਤੜਕੇ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਚੜ੍ਹਨ ਤੱਕ ਜ਼ਹਿਰ ਵਰਗਾ ਪਾਪ ਹੁੰਦਾ, ਜ਼ਹਿਰ ਵਰਗਾ ਬੜਾ ਭਿਆਨਕ ਪਾਪ ਇੱਥੇ ਹੁੰਦਾ। ਚਾਰੇ ਪਾਸੇ ਪਾਪ ਹੀ ਪਾਪ, ਕਤਲੇਆਮ ਕਤਲੇਆਮ ਹੀ ਮਚਾਇਆ ਪਿਆ, ਗਊਆਂ ਦਾ ਕਤਲ ਕੀਤਾ ਜਾਂਦਾ। ਇਸ ਕਰਕੇ ਇਹ ਸ਼ਹਿਰ ਨਹੀਂ, ਇੱਥੇ ਤਾਂ ਚਾਰੇ ਪਾਸੇ ਜ਼ੁਲਮ ਦੀ ਜ਼ਹਿਰ ਫੈਲੀ ਹੋਈ ਹੈ, ਚਾਰੇ ਪਾਸੇ ਜਬਰ ਅਤੇ ਜ਼ੁਲਮ ਦਾ ਜ਼ਹਿਰ ਪੁਣਾ ਹੀ ਫੈਲਿਆ ਹੋਇਆ ਹੈ। ਸਵਾ ਪਹਿਰ ਤੱਕ ਇੱਥੇ ਪਾਪ ਹੀ ਹੁੰਦਾ ਰਿਹਾ ਕਰੇਗਾ। ਇਹ ਧਰਤੀ ਤਾਂ ਪਾਪੀ ਲੋਕਾਂ ਦੀ ਧਰਤੀ ਹੈ। ਜੋ ਪਈ ਤਬ ਕੇ ਪੁਰ ਮੈਂ ਨਰ ਦੁੱਖ ਪਾਵੇ, ਮਹਾਰਾਜ ਜਦੋਂ ਗੁਰੂ ਨਾਨਕ ਸਾਹਿਬ ਇਹ ਬਚਨ ਕਰ ਗਏ, ਬਾਰਾਂ ਵਧੀਕ ਵਿੱਚ ਇਹ ਪੰਕਤੀਆਂ ਆਉਂਦੀਆਂ ਹਨ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਸਵਾ ਪਹਿਰ ਇੱਥੇ ਜ਼ੁਲਮੀ ਪਾਪੀ ਕਹਿਰ ਜ਼ਹਿਰ ਵਰਗਾ ਕਹਿਰ ਇੱਥੇ ਹੋਇਆ ਕਰੇਗਾ ਹਮੇਸ਼ਾ ਹੀ, ਹਮੇਸ਼ਾ ਵਾਸਤੇ। ਕਹਿੰਦੇ ਜਦੋਂ ਦਾ ਇਹ ਬਚਨ ਮਹਾਰਾਜ ਕਰਕੇ ਚਲੇ ਗਏ ਨਾ, ਸੱਚੇ ਪਾਤਸ਼ਾਹ, ਉਸ ਦਿਨ ਤੋਂ ਬਾਅਦ ਲਾਹੌਰ 'ਚ ਕਦੇ ਸ਼ਾਂਤੀ ਨਹੀਂ ਆਈ। ਲਾਹੌਰ ਦਾ ਰਹਿਣ ਵਾਲਾ ਵਸਨੀਕ, ਹਰ ਮਨੁੱਖ ਪ੍ਰਾਣੀ ਮਾਤਰ ਇੱਥੇ ਦੁਖੀ ਹੈ, ਬੜੇ ਕਸ਼ਟ ਭੋਗਦੇ ਹੈ, ਬੜੇ ਦੁਖੀ ਹੁੰਦੇ ਹੈ। ਹਰ ਬੰਦਾ ਹੀ ਦੁੱਖ ਭੋਗਦਾ, ਦੁੱਖਾਂ ਨੂੰ ਪਾਉਂਦਾ ਹੈ। ਕਿਸੇ ਦੇ ਮਨ ਨੂੰ ਸ਼ਾਂਤੀ ਤੇ ਚੈਨ ਨਹੀਂ ਆਈ, ਜਿੰਨੇ ਵੀ ਲਾਹੌਰ ਵਿੱਚ ਰਹਿੰਦੇ ਆ। ਸਵਾ ਪਹਿਰ ਲੱਗ ਬਾਦ ਉਠਾਵੇ, ਝਗੜੇ ਤਾਂ ਉਦੋਂ ਹੀ ਮੁੱਕਦੇ ਆ ਨਾ ਜਦੋਂ ਸ਼ਾਂਤੀ ਆਉਂਦੀ ਹੈ। ਸ਼ਾਂਤੀ ਵਰਤਦੀ ਨਹੀਂ, ਹੁੰਦਾ ਕੀ ਹੈ, ਸਵੇਰ ਤੋਂ ਹੀ ਮਹਾਰਾਜ ਝਗੜੇ ਸ਼ੁਰੂ ਹੋ ਜਾਂਦੇ ਆ। ਕੀ ਝਗੜੇ, ਕਿ ਲੋਕ ਆਪਸ ਦੇ ਵਿੱਚ ਲੜਾਈ ਕਰਨ ਲੱਗ ਪੈਂਦੇ, ਆਪਸ ਵਿੱਚ ਲੋਕਾਂ ਦਾ ਬੁਰੇ ਭਲੇ ਸ਼ਬਦ ਬੋਲਦੇ ਆ, ਉੱਥੋਂ ਬਾਅਦ ਫਿਰ ਝਗੜਾ ਸ਼ੁਰੂ ਹੋ ਜਾਂਦਾ। ਰੋਜ਼ਾਨਾ ਸਵਾ ਪਹਿਰ ਤੱਕ ਝਗੜਾ ਹੀ, ਲੜਾਈਆਂ ਲੋਕਾਂ ਦੀਆਂ ਆਪਸ ਵਿੱਚ ਥਾਂ ਥਾਂ ਹੁੰਦੀਆਂ ਹਨ। ਲੜੈ ਪਰਸ ਪਰ ਝਗੜ ਹੈ ਮਾਨੀ, ਹੰਕਾਰੀ ਲੋਕ ਆਪਸ ਦੇ ਵਿੱਚ ਬੜਾ ਝਗੜਾ ਕਰਦੇ, ਲੜਦੇ, ਇੱਕ ਦੂਜੇ ਨੂੰ ਮਾਰਦੇ ਐ। ਕੇਤਕ ਹੋਏ ਪ੍ਰਾਣ ਲੱਗ ਹਾਨੀ, ਮਹਾਰਾ ਇੱਕ ਨੀ ਦੋ ਨੀ, ਕਿੰਨੇ ਪ੍ਰਾਣੀ ਇੱਥੇ ਮਰ ਚੁੱਕੇ ਆ ਅੱਜ ਤੱਕ, ਦੱਸਿਆ ਨਹੀਂ ਜਾ ਸਕਦਾ। ਕੇਤਕ ਤੋਂ ਬਾਅਦ ਕਿੰਨੇ ਕੁ ਦੱਸੀਏ,
ਲੋਕੀ ਆਪਸ ਵਿੱਚ ਲੜ ਲੜ ਕੇ ਮਰ ਗਏ। ਕੋਈ ਗਿਣਤੀ ਨਹੀਂ ਕਰਕੇ ਦੱਸੀ ਜਾ ਸਕਦੀ। ਉਸ ਦਿਨ ਤੋਂ ਬਾਅਦ ਮਹਾਂ ਸੰਤਾਪ ਪਾਏ ਨਰ ਰਹੇ। ਜਿਹੜਾ ਲਾਹੌਰ ਵਿੱਚ ਰਹਿੰਦਾ ਉਹਦਾ ਹਿਰਦਾ ਤਪਦਾ ਹੀ ਰਹਿੰਦਾ, ਸੜਦਾ ਹੀ ਰਹਿੰਦਾ। ਕਿਸੇ ਦੇ ਮਨ ਨੂੰ ਸ਼ੈਨ ਚੈਨ ਸ਼ਾਂਤੀ ਨਹੀਂ ਹੈ। ਜ਼ਹਿਰ ਸਮਾਨ ਆਪ ਮਹਿ ਕਹੈ। ਜਿਵੇਂ ਜ਼ਹਿਰ ਬੰਦੇ ਦੇ ਪ੍ਰਾਣ ਲੈ ਲੈਂਦੀ ਹੈ ਨਾ, ਇਸੇ ਤਰ੍ਹਾਂ ਕਹਿੰਦੇ ਜਿਹੜਾ ਪਾਪ ਇਸ ਧਰਤੀ 'ਤੇ ਹੋਇਆ ਸਤਿਗੁਰਾਂ ਦੇ ਬਚਨਾਂ ਦੇ ਕਾਰਨ, ਜ਼ਹਿਰ ਵਰਗੇ ਹਾਲਾਤ ਲੋਕਾਂ ਵਿੱਚ ਕ੍ਰੋਧ ਦੀ ਅਤੇ ਈਰਖਾ ਦੀ ਜ਼ਹਿਰ ਭਰੀ ਰਹਿੰਦੀ ਹੈ 24 ਘੰਟੇ। ਈਰਖਾ ਔਰ ਕ੍ਰੋਧ ਅਤੇ ਹੰਕਾਰ ਦੀ ਜ਼ਹਿਰ ਵਿੱਚ ਲੋਕ ਭਰੇ ਰਹਿੰਦੇ ਹੈ ਔਰ ਇਹ ਗੱਲ ਸੋਚਦੇ ਆ ਕਿ ਇੱਥੇ ਬੜਾ ਭਾਰੀ ਕਹਿਰ ਵਰਤਦਾ ਹੈ, ਕਿਸੇ ਪਾਸੇ ਵੀ ਸ਼ਾਂਤੀ ਨਹੀਂ ਆਉਂਦੀ। ਆਪ ਸੋ ਸਰਾਪ ਮਿਟਾਵਨ ਕਰੀਏ। ਮਹਾਰਾਜ ਇੱਕੋ ਮੰਗ ਮੰਗੀ ਹੈ, ਭਲੀ ਮੰਗ ਕੀ ਮੰਗੀ ਹੈ, ਕੀ ਵਿਚਾਰ ਸੋਚੀ ਹੈ ਇਹਨਾਂ ਗੁਰਮੁਖਾਂ ਨੇ, ਪਰਉਪਕਾਰੀ ਆਤਮਾਵਾਂ ਨੇ। ਮਹਾਰਾਜ ਉਹ ਜਿਹੜਾ ਬਚਨ ਪਹਿਲੇ ਸਰੂਪ ਵਿੱਚ ਕੀਤਾ ਸੀ ਨਾ, ਉਹ ਬਚਨ ਵਾਪਸ ਲੈ ਲਓ। ਕਿਰਪਾ ਕਰੋ ਮਹਾਰਾਜ, ਉਹ ਦੁੱਖ ਤੋਂ, ਉਸ ਕਸ਼ਟ ਤੋਂ ਜਿਹੜੀ ਵੱਡੀ ਬਿਪਤਾ ਪਈ ਹੋਈ ਹੈ, ਸੰਕਟ ਪਿਆ ਹੈ, ਉਸ ਤੋਂ ਹੱਥ ਦੇ ਕੇ ਮਹਾਰਾਜ ਬਚਾ ਲਓ, ਬਖਸ਼ ਦਿਓ। ਸਤ ਸੰਗਤ ਇਸ ਸਮੇਂ ਨਿਹਰੀ ਹੈ। ਮਹਾਰਾਜ ਹੁਣ ਤਾਂ ਲਾਹੌਰ ਵਿੱਚ ਤੁਹਾਡੀ ਸੰਗਤ ਹੈ, ਤੁਹਾਡੇ ਸਿੱਖ ਵੱਸਦੇ ਆ। ਮਹਾਰਾਜ ਤੁਸੀਂ ਵੇਖ ਲਓ, ਅਸੀਂ ਲਾਹੌਰ ਦੇ ਰਹਿਣ ਵਾਲੇ ਨਿਮਾਣੇ ਸਿੱਖ ਹਾਂ। ਸ਼੍ਰੀ ਗੁਰੂ ਅਮਰ ਸੁਨਤ ਬਚ ਭਾਖਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਇਹਨਾਂ ਦਾ ਬਚਨ ਬੇਨਤੀ ਰੂਪ ਵਿੱਚ ਸੁਣਿਆ ਨਾ, ਤਾਂ ਸਤਿਗੁਰੂ ਜੀ ਨੇ ਮੁਖਾਰ ਬਿੰਦ ਤੋਂ ਬਚਨ ਕੀਤਾ। ਬਾਰ ਦੁਹ ਸਾਧ ਕਰੀ ਅਭਿਲਾਖਾ। ਮਹਾਰਾਜ ਕਹਿੰਦੇ ਭਾਈ, ਦੁਹ ਸਾਧ ਹੁੰਦਾ ਕਠਿਨ, ਔਖਾ। ਸਤਸੰਗ ਦੀ ਦਰਿਆ ਦਾ ਵਹਿਣ ਮੋੜਨਾ ਸੌਖਾ ਨਹੀਂ, ਸੂਰਮੇ ਮੋੜਦੇ ਹੈ, ਬਲੀ ਪੁਰਸ਼ ਮੋੜਦੇ ਆ, ਹਰ ਬੰਦਾ ਮੋੜ ਨਹੀਂ ਸਕਦਾ। ਕਹਿਣ ਲੱਗੇ ਇਹ ਬਚਨ ਗੁਰੂ ਨਾਨਕ ਸਾਹਿਬ ਦਾ, ਬਾਹਰ ਉਹ ਮੰਗ ਲਿਆ ਜਿਹੜਾ ਦੇਣਾ ਬੜਾ ਕਠਿਨ ਹੈ, ਔਖਾ ਬੜਾ ਹੈ। ਇਸ ਕਰਕੇ ਤੁਸੀਂ ਅਭਿਲਾਸ਼ਾ ਇੱਛਾ ਹੀ ਬੜੇ ਕਠਿਨ ਵਰਦੀ ਕਰ ਲਈ ਹੈ, ਜੋ ਸਾਡੇ ਕੋਲੋਂ ਬੇਨਤੀ ਕਰਕੇ ਮੰਗਿਆ, ਇਹ ਦੇਣਾ ਬੜਾ ਔਖਾ ਹੈ। ਤਉ ਦੇਨ ਕੋ ਪ੍ਰਥਮ ਬਖਾਨਾ। ਪਰ ਅਸੀਂ ਆਪਣੇ ਮੁਖਾਰ ਬਿੰਦ ਤੋਂ ਬਚਨ ਕੀਤਾ ਹੈ, ਫਿਰ ਵੀ ਇਹ ਵਰਦਾਨ ਦੇਣ ਦਾ ਤੁਹਾਡੇ ਨਾਲ ਅਸੀਂ ਬਚਨ ਕੀਤਾ ਸੱਚੇ ਪਾਤਸ਼ਾਹ। ਧੰਨ ਗੁਰੂ ਅਮਰਦਾਸ ਜੀ ਕੀ ਕਹਿੰਦੇ ਆ ਕਿ ਅਸੀਂ ਤੁਹਾਨੂੰ ਰਸਨਾ ਤੋਂ ਇਹ ਬਚਨ ਕਰ ਦਿੱਤਾ ਕਿ ਜੋ ਮੰਗੋਗੇ ਉਹੀ ਦੇਵਾਂਗੇ। ਇਹ ਤੁਹਾਡੇ ਨਾਲ ਸਾਡਾ ਬਚਨ ਹੋ ਗਿਆ ਹੈ, ਪੂਰੇ ਸੂਰੇ ਗੁਰੂ ਦਾ ਜਿਹੜਾ ਬਚਨ ਹੁੰਦਾ ਹੈ। ਬੋਲੇ ਬਹੁਰ ਕਿਰਪਾਲ ਸੁਜਾਨਾ। ਮਹਾਰਾਜ ਕਹਿੰਦੇ ਇਸ ਕਰਕੇ ਭਾਈ, ਉਹ ਬਚਨ ਤਾਂ ਸਾਨੂੰ ਜਿਹੜਾ ਦਿੱਤਾ ਪੂਰਾ ਕਰਨਾ ਪਵੇਗਾ। ਐਸੇ ਕਿਰਪਾਲੂ ਸਤਿਗੁਰੂ ਜੀ, ਸ੍ਰੇਸ਼ਟ ਬਖਸ਼ਿਸ਼ ਕਰਨ ਵਾਲੇ ਧੰਨ ਗੁਰੂ ਅਮਰਦਾਸ ਜੀ ਨੇ ਫਿਰ ਉਸ ਸਮੇਂ ਆਪਣੇ ਮੁਖਾਰ ਬਿੰਦ ਤੋਂ ਇਹਨਾਂ ਦੇ ਭਲੇ ਲਈ ਇਹ ਬਚਨ ਕੀਤਾ, ਵਰਦਾਨ ਦਿੱਤਾ। ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਕਹਿੰਦੇ ਚੰਗਾ ਭਾਈ, ਇਹ ਪੰਕਤੀਆਂ ਗੁਰਬਾਣੀ ਵਿੱਚ ਹੀ ਆਉਂਦੀਆਂ, ਲਾਹੌਰ ਅੱਜ ਤੋਂ ਸ਼ਹਿਰ ਬਣ ਜਾਏਗਾ। ਪੁਰਾਣਾ ਅਖਿਆਨ ਹੁੰਦਾ ਸੀ ਨਾ
ਕਿ ਮਾਜਰਿਆਂ ਦੇ ਵਿੱਚ ਵਸਣ ਭੂਤ ਅਤੇ ਸਹਿਰੀ ਵਸਣ ਮਨੁੱਖ। ਸਤਿਗੁਰੂ ਕਹਿੰਦੇ ਅੱਜ ਤੋਂ ਇਹ ਸ਼ਹਿਰ ਬਣ ਜਾਏਗਾ, ਭਾਵ ਇੱਥੇ ਦੇਵਤੇ ਲੋਕ ਵਸਿਆ ਕਰਨਗੇ। ਸ਼ਹਿਰ ਦਾ ਮਤਲਬ ਇੱਥੇ ਸਾਰੇ ਸੁੱਖ ਪ੍ਰਾਪਤ ਹੋਣਗੇ ਤੁਹਾਨੂੰ। ਸ਼ਹਿਰਾਂ ਵਿੱਚ ਆਪਾਂ ਸਹੂਲਤਾਂ ਲਈ ਜਾਂਦੇ ਹਾਂ ਨਾ, ਪਿੰਡਾਂ ਵਿੱਚੋਂ ਸਹੂਲਤਾਂ ਨਹੀਂ ਮਿਲਦੀਆਂ। ਮਹਾਰਾਜ ਕਹਿੰਦੇ ਲਾਹੌਰ ਵਿੱਚ ਹਰ ਸੁੱਖ ਹੀ ਇੱਥੇ ਆ ਜਾਏਗਾ ਤੁਹਾਨੂੰ, ਕਿਉਂਕਿ ਸਤਿਗੁਰੂ ਨੂੰ ਪਤਾ ਹੈ, ਭਵਿੱਖਤ ਬਚਨ ਹੈ ਕਿ ਸਾਡੇ ਚੌਥੇ ਸਰੂਪ ਨੇ ਲਾਹੌਰ ਵਿੱਚ ਹੀ ਅਵਤਾਰ ਧਾਰਨਾ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ। ਇਸ ਕਰਕੇ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਕਿ ਲਾਹੌਰ ਸ਼ਹਿਰ ਵਿੱਚ ਨਾ ਅੰਮ੍ਰਿਤਸਰ ਸਿਫਤੀ ਦਾ ਘਰ, ਜਿਹੜਾ ਸਿਫਤੀ ਦਾ ਘਰ ਅੰਮ੍ਰਿਤਸਰ ਸਾਹਿਬ ਬਣਨਾ ਨਾ, ਉਸ ਅੰਮ੍ਰਿਤ ਸਾਹਿਬ ਨੂੰ, ਅੰਮ੍ਰਿਤਸਰ ਸਾਹਿਬ ਨੂੰ ਰਚਣ ਵਾਲੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਅਵਤਾਰ ਧਾਰਨਗੇ। ਇਸ ਕਰਕੇ ਲਾਹੌਰ ਸ਼ਹਿਰ ਬਣ ਜਾਏਗਾ, ਇੱਥੇ ਸ਼ਾਂਤੀ ਵਰਤ ਜਾਏਗੀ। ਅੱਜ ਤੋਂ ਬਾਅਦ ਜ਼ੁਲਮ ਪਾਪ ਅੱਤਿਆਚਾਰ ਹੋਣੋਂ ਰੁਕ ਜਾਏਗਾ। ਲੋਕਾਂ ਦੇ ਵਿੱਚੋਂ ਜੋ ਈਰਖਾ ਦੁਐਸ਼ ਕ੍ਰੋਧ ਦਾ ਸਾੜਾ ਉਹ ਦੂਰ ਹੋ ਜਾਏਗਾ। ਲਾਹੌਰ ਸ਼ਹਿਰ ਵਿੱਚ ਅੰਮ੍ਰਿਤਸਰ ਜੋ ਸਿਫਤੀ ਦਾ ਘਰ ਬਣੇਗਾ ਨਾ, ਉਸ ਦੇ ਜਨਮਦਾਤੇ, ਉਸ ਨੂੰ ਰਚਣ ਵਾਲੇ ਗੁਰੂ ਰਾਮਦਾਸ ਜੀ ਇਸ ਧਰਤੀ 'ਤੇ ਪੈਦਾ ਹੋਣਗੇ। ਉਹ ਤੁਹਾਡੇ ਉੱਤੇ ਮਹਾਨ ਰਹਿਮਤਾਂ ਔਰ ਬਖਸ਼ਿਸ਼ਾਂ ਕਰਨਗੇ। ਇਸ ਕਰਕੇ ਲਾਹੌਰ ਸ਼ਹਿਰ ਬਣ ਜਾਏਗਾ ਔਰ ਅੰਮ੍ਰਿਤਸਰ, ਸ੍ਰੀ ਅੰਮ੍ਰਿਤਸਰ ਸਾਹਿਬ ਸਿਫਤੀ ਦਾ ਘਰ, ਜਿੱਥੇ ਕਰਤਾਰ ਦੀ, ਪਰਮੇਸ਼ਰ ਦੀ, ਅਕਾਲ ਪੁਰਖ ਵਾਹਿਗੁਰੂ ਦੀ ਅੱਠੇ ਪੈਰ ਸਿਫਤ ਹੋਇਆ ਕਰੇਗੀ। ਐਸਾ ਪਰਮੇਸ਼ਰ ਦਾ ਘਰ ਅੰਮ੍ਰਿਤਸਰ ਸਾਹਿਬ ਬਣੇਗਾ, ਵਸੇਗਾ। ਦੂਸਰਾ ਭਾਵ ਇਹ ਹੈ, ਜਿਵੇਂ ਲਾਹੌਰ ਸ਼ਹਿਰ ਹੈ ਉਵੇਂ ਅੰਮ੍ਰਿਤਸਰ ਸਾਹਿਬ ਸ਼ਹਿਰ ਵੱਜ ਜਾਏਗਾ ਇਸ ਧਰਤੀ ਦੇ ਉੱਤੇ। ਗੁਰਸਿੱਖੋ, ਲਾਹੌਰ ਤੋਂ ਬਾਅਦ ਤੁਸੀਂ ਅੰਮ੍ਰਿਤਸਰ ਸਾਹਿਬ ਆ ਕੇ ਲਾਹੌਰ ਸ਼ਹਿਰ ਵਰਗੇ ਆਨੰਦ ਅਤੇ ਨਜ਼ਾਰੇ ਲਿਆ ਕਰੋਗੇ। ਇਹ ਵੀ ਭਵਿੱਖਤ ਬਚਨ ਕੀਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ। ਜਦੋਂ ਸਿੱਖਾਂ ਨੇ ਬੇਨਤੀ ਕੀਤੀ ਉਦੋਂ ਅਜੇ ਅੰਮ੍ਰਿਤਸਰ ਸਾਹਿਬ ਰਚਣ ਦਾ ਕੋਈ ਸੰਕਲਪ ਨਹੀਂ ਸਤਿਗੁਰੂ ਜੀ ਦਾ ਪੈਦਾ ਹੋਇਆ ਸੀ, ਪਰ ਇਹ ਭਵਿੱਖਤ ਬਚਨ ਹਨ। ਇਸ ਕਰਕੇ ਮਹਾਰਾਜ ਕਹਿੰਦੇ ਲਾਹੌਰ ਸ਼ਹਿਰ ਹੋ ਜਾਏਗਾ, ਜਿਹੜਾ ਸਵਾ ਪੈਰ ਜ਼ਹਿਰ ਉੱਥੇ ਕਤਲੇਆਮ ਪਾਪ ਅੱਤਿਆਚਾਰ ਹੁੰਦਾ ਉਹ ਅੱਜ ਤੋਂ ਰੁਕ ਜਾਏਗਾ ਔਰ ਉੱਥੇ ਸ਼ਾਂਤੀ ਵਰਤ ਜਾਏਗੀ। ਅੰਮ੍ਰਿਤਸਰ ਸਾਹਿਬ ਵਸੇਗਾ ਜਿੱਥੇ ਪਰਮੇਸ਼ਰ ਦੀ ਅੱਠੇ ਪੈਰ, ਉਸ ਘਰ ਹਰਿਮੰਦਰ ਸਾਹਿਬ ਵਿੱਚ ਸਿਫਤੀ, ਵਾਹਿਗੁਰੂ ਦਾ ਜਸ, ਵਾਹਿਗੁਰੂ ਦੀ ਕੀਰਤੀ, ਪਰਮੇਸ਼ਰ ਦੀ ਵਡਿਆਈ ਹੋਇਆ ਕਰੇਗੀ। ਔਰ ਜਿਹੜਾ ਉੱਥੇ ਜਾਏਗਾ ਸਿਫਤੀ ਯੋਗ ਬਣ ਜਾਏਗਾ, ਧੰਨਤਾ ਦੇ ਯੋਗ। ਇਹ ਸਲੋਕ ਕਹਿ ਸਰਾਪ ਮਿਟਾਇਓ। ਇਹ ਸਲੋਕ ਇਹ ਬਾਣੀ ਦੇ ਬਚਨ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੁਆਰਾ ਸਾਰੇ ਲਾਹੌਰ ਸ਼ਹਿਰ ਨਿਵਾਸੀਆਂ ਨੂੰ ਸ਼ਾਂਤੀ ਦਿੱਤੀ ਸੱਚੇ ਪਾਤਸ਼ਾਹ ਨੇ। ਤਬ ਤੇ ਸਭ ਲੋਕਨ ਸੁਖ ਪਾਇਓ। ਆਖੋ ਭਾਈ ਵਾਹਿਗੁਰੂ, ਉਦੋਂ ਤੋਂ ਜਾ ਕੇ ਲਾਹੌਰ ਨਿਵਾਸੀ ਜਾ ਕੇ ਫਿਰ ਸੁਖੀ ਹੋਏ ਹੈ, ਫਿਰ ਉੱਥੇ ਠੰਡ ਵਰਤੀ, ਫਿਰ ਉੱਥੇ ਜਾ ਕੇ ਸ਼ਾਂਤੀ ਵਰਤੀ। ਗੋਇੰਦਵਾਲ ਸਾਹਿਬ ਵਿੱਚ ਵੀ ਗੋਂਦੇ ਖੱਤਰੀ ਨੇ
ਧੰਨ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਬਿਆਸ ਦੇ ਕਿਨਾਰੇ 'ਤੇ ਨਗਰ ਵਸਾਉਣਾ ਚਾਹੁੰਦਾ, ਭੂਤ ਪ੍ਰੇਤ ਵਸਣ ਲਈ ਦੰਦੇ ਉਜਾੜ ਦਿੰਦੇ ਆ, ਰਾਤ ਨੂੰ ਦਿਨੇ ਮਕਾਨ ਬਣਾਈ ਦੇ ਹੈ, ਰਾਤ ਨੂੰ ਢਾ ਦਿੰਦੇ ਆ, ਕੋਈ ਰਹਿ ਹੀ ਨਹੀਂ ਸਕਦਾ। ਧੰਨ ਗੁਰੂ ਅਮਰਦਾਸ ਜੀ ਨੂੰ ਭੇਜਿਆ, ਪੁਰਖਾ ਜਾ ਉਹ ਨਗਰੀ ਵਸਾ। ਭਾਈ ਗੋਂਦੇ ਦੇ ਨਾਮ 'ਤੇ ਗੋਇੰਦਵਾਲ ਸਾਹਿਬ ਵਸਾਇਆ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਜਲਨ ਭੱਟ ਜੀ ਕਹਿੰਦੇ ਧੰਨ ਗੁਰੂ ਅਮਰਦਾਸ ਜੀ ਨੇ ਬਿਆਸਾ ਦੇ ਕਿਨਾਰੇ 'ਤੇ ਬੈਕੁੰਠਪੁਰੀ ਸੱਠਖੰਡਪੁਰੀ ਵਰਗੀ ਮਾਤ ਲੋਕ 'ਤੇ ਪੁਰੀ ਗੋਇੰਦਵਾਲ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਸਾ ਦਿੱਤਾ। ਇਸ ਕਰਕੇ ਉਦੋਂ ਤੋਂ ਬਾਅਦ ਸਾਰੇ ਲੋਕਾਂ ਵਿੱਚ ਸ਼ਾਂਤੀ ਵਰਤ ਗਈ, ਐਸੀ ਕਿਰਪਾ ਹੋਈ। ਤਬ ਸੈਦੋ ਅਰ ਸਾਈਂ ਦਿੱਤਾ, ਉਹ ਭਾਈ ਸੈਦੋ ਅਤੇ ਸਾਈਂ ਦਿੱਤਾ ਜਿਹੜੇ ਸਿੱਖ ਗੁਰੂ ਅਮਰਦਾਸ ਜੀ ਦੇ ਵੇਲੇ ਦੇ ਸਨ, ਜਿਨ੍ਹਾਂ ਨੇ ਸਤਿਗੁਰਾਂ ਨੂੰ ਬੇਨਤੀਆਂ ਕਰਕੇ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਲਾਹੌਰ ਲਈ ਇਹ ਵਰਦਾਨ ਮੰਗਿਆ, ਲਾਹੌਰ ਨਿਵਾਸੀਆਂ 'ਤੇ ਪਰ ਉਪਕਾਰ ਕਰਾਇਆ ਭਾਰੀ। ਸ਼੍ਰੀ ਅਰਜਨ ਸੋ ਮਿਲੇ ਪਵਿੱਤਰ, ਉਹ ਪਵਿੱਤਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਅੱਜ ਆ ਕੇ ਮਿਲੇ, ਦਰਸ਼ਨ ਕਰਨ ਵਾਸਤੇ ਆਏ ਅੰਮ੍ਰਿਤਸਰ ਸਾਹਿਬ। ਇਹ ਪ੍ਰਸੰਗ ਕਹਿ ਸਕਲ ਸੁਣਾਇਓ, ਜੋ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਸਾਰਾ ਇਹ ਪ੍ਰਸੰਗ ਹੋਇਆ ਸੀ, ਉਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਸਿੱਖਾਂ ਨੇ ਅੰਮ੍ਰਿਤਸਰ ਸਾਹਿਬ ਸੁਣਾਇਆ ਆਪਣੇ ਮੁਖਾਰ ਬਿੰਦ ਤੋਂ। ਲਾਭਪੁਰ ਕੇ ਨਰ ਗਨ ਬਰ ਪਾਇਓ, ਇਹ ਲਾਭਪੁਰਾ ਜਿਹੜਾ ਲਾਹੌਰ ਹੈ, ਇਸ ਦੇ ਬਹੁਤੇ ਲੋਕਾਂ ਨੇ ਸਤਿਗੁਰਾਂ ਤੋਂ ਵਰਦਾਨ ਪ੍ਰਾਪਤ ਕੀਤਾ, ਸਾਰੇ ਲੋਕਾਂ ਨੇ। ਹਮ ਆਏ ਤੁਮਰੀ ਸ਼ਰਨ ਆਈ, ਮਹਾਰਾਜ ਅਸੀਂ ਤੁਹਾਡੇ ਚਰਨਾਂ ਵਿੱਚ ਆਏ ਹਾਂ ਹੁਣ। ਦੇਹੋ ਸ਼ਰੇ ਉਪਦੇਸ਼ ਬਣਾਈ, ਸਾਡੀ ਵੀ ਮੁਕਤੀ ਕਰ ਦਿਓ, ਜੀਵਨ ਦਾ ਪਿਛਲਾ ਪੱਖ ਹੈ ਐਸਾ ਉਪਦੇਸ਼ ਦਿਓ ਕਿ ਹੁਣ ਮਹਾਰਾਜ ਸਾਡੀ ਵੀ ਕਲਿਆਣ ਹੋ ਜਾਏ। ਲਾਹੌਰ ਵਾਲਿਆਂ ਦਾ ਤਾਂ ਮਹਾਰਾਜ ਦੇ ਬਚਨਾਂ ਤੋਂ ਛੁਟਕਾਰਾ ਕਰਾ ਕੇ ਸ਼ਾਂਤੀ ਵਰਤਾ ਦਿੱਤੀ, ਹੁਣ ਸਾਡਾ ਵੀ ਭਲਾ ਕਰ ਦਿਓ ਸੱਚੇ ਪਾਤਸ਼ਾਹ। ਸੁਣ ਸ੍ਰੀ ਅਰਜਨ ਤਿੰਨੋਂ ਉਚਾਰਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਬਾਬਤ ਬਚਨ ਕੀਤੇ। ਨਿਤ ਕੀ ਜੈ ਗੁਰ ਸ਼ਬਦ ਵਿਚਾਰਾ, ਭਾਈ ਗੁਰੂ ਕੇ ਸ਼ਬਦ ਦੇ ਤਾਂ ਤੁਸੀਂ ਧਾਰਨੀ ਹੋ, ਧੰਨ ਗੁਰੂ ਅਮਰਦਾਸ ਜੀ ਨੇ ਤੁਹਾਨੂੰ ਸਿੱਖੀ ਤੇ ਨਾਮ ਦਾਨ ਦਿੱਤਾ, ਪਰ ਤੁਸੀਂ ਅੱਜ ਤੋਂ ਬਾਅਦ ਗੁਰ ਸ਼ਬਦ ਦੀ ਵਿਚਾਰ ਕਰਿਆ ਕਰੋ। ਜੋ ਗੁਰਬਾਣੀ ਹੈ ਉਸ ਦੀ ਵਿਚਾਰ ਹਮੇਸ਼ਾ ਵਾਸਤੇ ਕਰਿਆ ਕਰੋ। ਵਾਹਿਗੁਰੂ ਕਰ ਗਿਆਨ ਪਛਾਨੋ, ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਨਾ, ਉਹ ਬ੍ਰਹਮ ਗਿਆਨ ਦਾ ਦਾਤਾ। ਆਖੋ ਭਾਈ ਵਾਹਿਗੁਰੂ, ਜਦੋਂ ਵਾਹਿਗੁਰੂ ਸ਼ਬਦ ਦੀ ਵਿਚਾਰ ਕਰੋਗੇ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰੋਗੇ, ਉਸ ਵਿੱਚੋਂ ਤੁਹਾਨੂੰ ਪਰਮੇਸ਼ਰ ਵਾਹਿਗੁਰੂ ਦੀ ਪਹਿਚਾਣ ਪ੍ਰਾਪਤ ਹੋਏਗੀ, ਤੁਹਾਨੂੰ ਬ੍ਰਹਮ ਗਿਆਨ ਪ੍ਰਾਪਤ ਹੋਏਗਾ। ਉਸ ਦਾ ਅਭਿਆਸ, ਉਸ ਦੀ ਵਿਚਾਰ ਕਰਨੀ ਹੈ। ਨਿਰਗੁਣ ਸਰਗੁਣ ਇੱਕ 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 ਕਰ ਜਾਨੋ, ਔਰ ਨਿਰਗੁਣ ਨਿਰਾਕਾਰ ਪ੍ਰਮਾਤਮਾ ਜੋ ਅਕਾਲ ਪੁਰਖ ਹੈ, ਸਰਗੁਣ 10 ਰੂਪ ਹਨ, ਜਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਜੋਤੀ ਗੁਰੂ ਅਰਜਨ ਦੇਵ ਜੀ ਤੱਕ, ਸਾਰਿਆਂ ਨੂੰ ਇੱਕ ਰੂਪ ਕਰਕੇ ਮੰਨਣਾ, ਦੋਨਾਂ ਵਿੱਚ ਫਰਕ ਨਹੀਂ ਸਮਝਣਾ ਕਦੇ ਵੀ। ਤੁਮਰੀ ਰਸਨਾ ਤੇ ਜੋ ਸੁਣਾ, ਜੋ ਗੁਰੂ ਦਾ ਗਿਆਨ, ਗੁਰੂ ਦੇ ਬਚਨ,
ਤੁਹਾਡੀ ਰਸਨਾ ਤੋਂ ਸੁਣੇਗਾ। ਤਿਸ ਕੋ ਭੀ ਮਨ ਦਰਵਹਿ ਸੋ ਗੁਣ, ਉਹਦਾ ਮਨ ਵੀ ਗੁਰ ਸ਼ਬਦ ਲਈ ਢਲ ਜਾਏਗਾ, ਗੁਰ ਸ਼ਬਦ ਨਾਲ ਜੁੜ ਜਾਏਗਾ, ਉਹਦੇ ਮਨ ਵਿੱਚ ਵੀ ਸ਼ੁਭ ਗੁਣ ਪੈਦਾ ਹੋ ਜਾਣਗੇ ਔਰ ਉਹਦਾ ਵੀ ਭਲਾ ਹੋ ਜਾਏਗਾ। ਉਹਦੇ ਉੱਤੇ ਇੰਨੀ ਕਿਰਪਾ ਹੋਏਗੀ ਤੁਹਾਡੀ ਕਰਨੀ ਦਾ ਪ੍ਰਤਾਪ। ਸਾਧਕ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਤੋਂ ਹੋਤ ਨਿਹਾਲ। ਪੂਰਨ ਸਾਧੂ ਦੇ ਪਾਸ ਆ ਕੇ ਵੱਡੀ ਘਾਲੜਾ ਨਹੀਂ ਕਰਨੀ ਪੈਂਦੀ, ਉਹਦੇ ਦਰਸ਼ਨ ਕਰਨ ਵਾਲੀ ਬੰਦਾ ਨਿਹਾਲ ਹੋ ਜਾਂਦਾ, ਹੋਵੇ ਪੂਰਨ ਸਾਧੂ। ਇਸ ਕਰਕੇ ਮਹਾਰਾਜ ਕਹਿੰਦੇ ਆ, ਗੁਰਸਿੱਖੋ ਤੁਹਾਡੇ ਬਚਨ ਸੁਣ ਕੇ ਹੀ ਪਾਪੀ ਲੋਕਾਂ ਦੇ ਮਨ ਵੀ ਮੁੜ ਪੈਣਗੇ ਗੁਰੂ ਦੇ ਸ਼ਬਦ ਵੱਲ, ਗੁਰਮਤ ਵੱਲ ਨੂੰ ਮੁੜ ਪੈਣਗੇ। ਉਹਨਾਂ ਦਾ ਵੀ ਮਨ ਢਲ ਜਾਏਗਾ, ਭਾਵ ਗੁਰੂ ਦੇ ਸ਼ਬਦ ਵੱਲ ਨੂੰ ਜੁੜ ਜਾਏਗਾ। ਜਨਮ ਮਰਨ ਮੈਂ ਪੌਰ ਨਾ ਆਵੋ, ਜਿਹੜਾ ਤੁਹਾਡੇ ਤੋਂ ਗੁਰੂ ਕੀ ਸਿਫਤ ਸੁਣੇਗਾ, ਗੁਰੂ ਨਾਲ ਜੁੜ ਜਾਏਗਾ, ਉਹ ਜੰਮਣ ਮਰਨ ਵਿੱਚ ਨਹੀਂ ਆਏਗਾ ਕਦੇ ਵੀ। ਭਗਤ ਕਰੋ ਬ੍ਰਹਮ ਗਿਆਨ ਸੁਪਾਵੋ, ਭਗਤੀ ਕਰੋ ਤੇ ਬ੍ਰਹਮ ਗਿਆਨ ਦੀ ਭਗਤੀ ਵਿੱਚੋਂ ਪ੍ਰਾਪਤੀ ਕਰੋ। ਭਗਤੀ ਤੋਂ ਬਿਨਾਂ ਜਿਹੜਾ ਬ੍ਰਹਮ ਗਿਆਨ ਦਾ ਕਥਨ ਹੈ ਨਾ, ਜਾਂ ਵਿਚਾਰ ਹੈ ਸਾਧ ਸੰਗਤ ਦੀ, ਉਹ ਅਧੂਰੀ ਹੈ। ਭਗਤੀ ਵਿੱਚੋਂ ਜਿਹੜਾ ਬ੍ਰਹਮ ਗਿਆਨ ਪ੍ਰਾਪਤ ਹੋਣਾ, ਉਹ ਜੀਵਨ ਵਿੱਚ ਅਵਸਥਾ ਬਣਦੀ ਹੈ। ਜਿਹੜਾ ਵੈਸੇ ਮੰਨਣ ਕਰਨਾ, ਉਹ ਤਾਂ ਇੱਕ ਗਿਆਨ ਹੈ, ਉਹ ਖੁਸ਼ਕ ਰਹਿ ਜਾਂਦਾ ਜੀਵਨ ਵਿੱਚ। ਵੇਦਾਂਤੀਆਂ ਦੀ ਜਿਹੜੀ ਵਿਚਾਰ ਹੈ ਨਾ, ਉਹ ਸਾਧ ਸੰਗਤ ਦੀ ਖੁਸ਼ਕ ਗਿਆਨ ਦਾ ਜਨਾਇਕ ਹੈ। ਪ੍ਰੇਮਾ ਭਗਤੀ ਅਤੇ ਰਸ ਨਹੀਂ ਉਹ ਜੀਵਨ ਵਿੱਚ ਪੈਦਾ ਕਰਦੀ। ਅਹੰ ਬ੍ਰਹਮ ਵਾਲੀ ਜਿਹੜੀ ਵਿਚਾਰ ਹੈ, ਉਹ ਕਈ ਵਾਰੀ ਮਨ ਨੂੰ ਕਠੋਰ ਕਰ ਦਿੰਦੀ ਹੈ। ਇਸ ਕਰਕੇ ਬ੍ਰਹਮ ਗਿਆਨ ਪ੍ਰਾਪਤ ਕਰੋ, ਪਰ ਭਗਤੀ ਕਰਕੇ। ਸੁਣ ਦੋਨੋਂ ਪਦ ਬੰਧਨ ਕਰੀ, ਭਾਈ ਸਾਈ ਦਿੱਤਾ ਅਤੇ ਭਾਈ ਸੈਦੋ ਨੇ, ਦੋਨਾਂ ਨੇ ਸਤਿਗੁਰਾਂ ਦੇ ਚਰਨਾਂ 'ਚੋਂ ਵਰ ਪ੍ਰਾਪਤ ਕਰਕੇ ਮੱਥਾ ਟੇਕਿਆ। ਜਨਮ ਸਫਲ ਜਾਣਿਓ ਤਿਸ ਘੜੀ, ਉਸ ਘੜੀ ਜਾਣ ਲਿਆ ਕਿ ਅੱਜ ਸਾਡਾ ਜਨਮ ਸਫਲਾ ਹੋ ਗਿਆ ਸਤਿਗੁਰੂ ਦੇ ਦਰਸ਼ਨ ਕਰਕੇ। ਨਾਨੂ ਰਾਜ ਸੋ ਕਾਲੂ ਆਨ, ਹੁਣ ਅਗਲਾ ਪ੍ਰਸੰਗ ਤੁਰਿਆ, ਭਾਈ ਨਾਨੂ, ਭਾਈ ਰਾਜ, ਭਾਈ ਕਾਲੂ, ਇਹ ਤਿੰਨ ਸਿੱਖ ਹਨ। ਉਦੋਂ ਕੋਹਲੀ ਹਾੜੀ ਜਾਨ, ਔਰ ਚੌਥਾ ਭਾਈ ਕੋਹਲੀ ਹੈ, ਚੌਥਾ ਭਾਈ ਹਾੜੀ ਹੈ, ਜੋ ਕੋਹਲੀ ਜਾਤੀ ਦਾ ਜਾਣਨਾ ਕਰੋ। ਸ਼੍ਰੀ ਅਰਜਨ ਪਦ ਕਰਕੇ ਨਮੋ, ਇਹ ਚਾਰ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਏ ਆ, ਬਹੁਤ ਸੋਹਣੇ ਬਚਨ ਸੁਣਨ ਵਾਲੇ ਹਨ ਔਰ ਸਤਿਗੁਰਾਂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ। ਬੋਲੇ ਹੱਥ ਜੋੜ ਤੇ ਸਮੋ, ਹੱਥ ਜੋੜ ਕੇ ਇਹਨਾਂ ਨੇ ਬੇਨਤੀ ਕੀਤੀ, ਉਹ ਸਮੇਂ ਇੱਕ ਪਾਠ ਸੁਣ ਕੇ ਸ਼ਬਦ ਤੁਮਾਰਾ, ਆ ਸੁਣਿਓ ਸੰਗਤ ਜੀ ਮਹਾਰਾਜ ਕੀ ਕਹਿ ਰਹੇ ਹੈ। ਮਹਾਰਾਜ ਨੂੰ ਸਿੱਖ ਕੇ ਸੱਚੇ ਪਾਤਸ਼ਾਹ ਇੱਕ ਤਾਂ ਉਹ ਸਿੱਖ ਹੈ ਜਿਹੜੇ ਤੁਹਾਡੀ ਬਾਣੀ, ਤੁਹਾਡੇ ਸ਼ਬਦਾਂ ਨੂੰ ਪੜ੍ਹ ਕੇ, ਨਾਮ ਜਪ ਕੇ ਭਲੇ ਕਰਮ ਕਰ ਜਨਮ ਸੁਧਾਰਾ, ਉਹ ਮਾੜੇ ਕਰਮਾਂ ਨੂੰ ਛੱਡ ਕੇ ਚੰਗੇ ਕਰਮ ਕਰਨ ਲੱਗ ਜਾਂਦੇ ਆ ਅਤੇ ਆਪਣੇ ਜਨਮ ਨੂੰ ਸੁਧਾਰ ਲੈਂਦੇ ਆ ਤੁਹਾਡੇ ਸ਼ਬਦਾਂ ਨੂੰ, ਬਾਣੀ ਨੂੰ ਸੁਣ ਕੇ ਪੜ੍ਹ ਕੇ। ਇੱਕ ਐਸੇ ਪਾਠਕੈ ਹੋਏ ਮਾਨੀ, ਇੱਕ ਐਸੇ ਪਾਠਕ ਹੋਏ ਮਾਨੀ, ਇੱਕ ਐਸੇ ਹੈ ਜਿਹੜੇ ਸ਼ਬਦ ਪੜ੍ਹਦੇ ਹੈ, ਬਾਣੀ ਪੜ੍ਹਦੇ ਹੈ, ਪਾਠ ਕਰਦੇ ਹੈ, ਪਰ ਉਹਨਾਂ ਦੇ ਮਨ ਵਿੱਚ ਹੰਕਾਰ ਆ ਜਾਂਦਾ ਹੈ।
ਉਹ ਹੰਕਾਰੀ ਬਣ ਜਾਂਦੇ ਐ। ਭੋਗੈ ਵਿਸ਼ਨ ਨਾਰ ਬਿਰਾਨੀ, ਉਹ ਵਿਸ਼ੇ ਵਿਕਾਰ ਅਤੇ ਬਗਾਨੀਆਂ ਨਾਰਾਂ ਨੂੰ ਇਸਤਰੀਆਂ ਨੂੰ ਭੋਗਦੇ ਐ, ਵਿਵਚਾਰੀ ਬਣ ਜਾਂਦੇ ਆ ਕੁਕਰਮੀ। ਅਪਰ ਬੁਰੇ ਕਰਮਨ ਕੋ ਕਰੈ, ਹੋਰ ਵੀ ਬੜੇ ਬੁਰੇ ਮਾੜੇ ਤੋਂ ਮਾੜੇ ਖੋਟੇ ਕਰਮ ਕਰਦੇ ਆ ਕੁਸੰਗਤ ਵਾਲੇ। ਪਾਠ ਕਰ ਲੋਕਨ ਤੇ ਧਨ ਹੇਰੈ, ਔਰ ਪਾਠ ਕਰਦੇ ਆ ਤੇ ਲੋਕਾਂ ਕੋਲੋਂ ਧਨ ਚੁਰਾਉਂਦੇ ਆ, ਧਨ ਲੈਂਦੇ ਆ, ਇਸ ਕਰਕੇ ਲੋਕਾਂ ਕੋਲੋਂ ਧਨ ਵੀ ਲੈਂਦੇ ਆ ਤੇ ਮਾੜੇ ਕਰਮ ਵੀ ਕਰਦੇ ਆ। ਤਿੰਨ ਕੀ ਦਸ਼ਾ ਹੋਤ ਹੈ ਕੌਣ, ਮਾਰ ਉਹਨਾਂ ਦੀ ਹਾਲਤ ਕਿਹੜੀ ਹੋਏਗੀ, ਉਹਨਾਂ ਨੂੰ ਇਸ ਪਾਪ ਦਾ ਕੀ ਫਲ ਮਿਲੇਗਾ ਜੋ ਇਹ ਵਗਿਆ ਕਰਦੇ ਆ, ਉਹਨਾਂ ਦੀ ਹਾਲਤ ਕੀ ਬਣੇਗੀ। ਸੁਣ ਬੋਲੇ ਗੁਰ ਕਰਨਾ ਭਾਉਣ, ਕਰਨਾ ਦੇ ਘਰ ਕਿਰਪਾ ਦੇ ਘਰ ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਉੱਤਰ ਦਿੱਤਾ। ਪਠੈ ਸੁਣੈ ਜੈ ਜੇ ਹਿਤ ਕਲਿਆਣ, ਜਿਹੜੇ ਤਾਂ ਭਾਈ ਬਾਣੀ ਪੜ੍ਹਦੇ ਤੇ ਸੁਣਦੇ ਕਲਿਆਣ ਵਾਸਤੇ, ਭਲੇ ਵਾਸਤੇ, ਮੁਕਤੀ ਵਾਸਤੇ। ਸ਼ੁਭ ਕਰਮੀ ਕੇ ਕਰੈ ਗੁਜ਼ਰਾਨ, ਸ਼ੁਭ ਕਰਮ ਕਰਦੇ ਆ ਪਾਠ ਕਰਕੇ ਕੇਵਲ ਆਪਣਾ ਗੁਜ਼ਾਰਾ, ਲੋੜ ਮਾਤਰ। ਇੱਥੇ ਉਹਨਾਂ ਪਾਠੀ ਸਿੰਘਾਂ ਦੀ, ਗ੍ਰੰਥੀ ਸਿੰਘਾਂ ਦੀ, ਰਾਗੀ ਢਾਡੀ ਕਵੀਸ਼ਰ ਸਿੰਘਾਂ ਦੀ, ਕਥਾ ਵਾਚਕ ਜਾਂ ਪ੍ਰਚਾਰਕਾਂ ਦੀ ਨਿੰਦਿਆ ਨਹੀਂ ਹੈ। ਲੋੜ ਮੁਤਾਬਕ ਜੇ ਕੋਈ ਪਾਠੀ ਸਿੰਘ ਵਿਚਾਰਾ ਗਰੀਬ ਪਾਠ ਕਰਦਾ ਔਰ ਉਸ ਪਾਠ ਦੀ ਭੇਟਾ ਲੈ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ, ਕੋਈ ਵੀ ਧਾਰਮਿਕ ਸ਼੍ਰੇਣੀ ਵਿੱਚੋਂ ਹੈ, ਭਾਵੇਂ ਰਾਗੀ ਢਾਡੀ, ਕਥਾ ਵਾਚਕ, ਪ੍ਰਚਾਰਕ, ਸੰਤ ਮਹੰਤ, ਮਹਾਰਾਜ ਕਹਿੰਦੇ ਨਾਲ ਸ਼ੁਭ ਕਰਮ ਵੀ ਕਰਦਾ, ਪਾਠ ਵੀ ਕਰਦਾ, ਸਤਸੰਗਤ ਵੀ ਕਰਦਾ, ਬਾਣੀ ਵੀ ਪੜ੍ਹਦਾ, ਨਿਤਨੇਮ ਵੀ ਕਰਦਾ, ਸੇਵਾ ਵੀ ਕਰਦਾ, ਲੋੜ ਮੁਤਾਬਕ ਗੁਰੂ ਕੀ ਸੰਗਤ ਵਿੱਚੋਂ ਜਾਂ ਗੁਰੂ ਘਰ ਵਿੱਚੋਂ ਥੋੜ੍ਹੀ ਬਹੁਤੀ ਭੇਟਾ ਲੈ ਵੀ ਲੈਂਦਾ ਹੈ ਤਾਂ ਮਹਾਰਾਜ ਕਹਿੰਦੇ ਉਹਦਾ ਕੋਈ ਉਸ ਨੂੰ ਗੁਨਾਹ ਨਹੀਂ। ਭਾਵ ਜਿਹੜਾ ਪੜ੍ਹਦਾ ਸੁਣਦਾ ਕਲਿਆਣ ਵਾਸਤੇ ਹੈ ਔਰ ਸ਼ੁਭ ਕਰਮ ਕਰਦਾ, ਪਵਿੱਤਰ ਕਰਮ ਕਰਦਾ ਅਤੇ ਇਵਜਾਨੇ ਵਿੱਚ ਮਿਲੀ ਹੋਈ ਮਾਇਆ ਨਾਲ ਆਪਣਾ ਗੁਜ਼ਾਰਾ ਚਲਾਉਂਦਾ ਹੈ, ਅਰਥ ਲਖੈ ਦੁਰਮਤ ਕੋ ਤਿਆਗੈ, ਗੁਰਬਾਣੀ ਦੇ ਅਰਥਾਂ ਨੂੰ ਸਮਝਦਾ ਤੇ ਦੁਰਮਤ ਨੂੰ ਤਿਆਗ ਦਿੰਦਾ ਹੈ, ਛੱਡ ਦਿੰਦਾ ਹੈ। ਸਤਨਾਮ ਸਿਮਰਨ ਅਨੁਰਾਗੈ, ਔਰ ਨਾਮ ਸਿਮਰਨ ਵਿੱਚ ਜਿਹਦੇ ਮਨ ਵਿੱਚ ਪ੍ਰੇਮ ਪੈਦਾ ਹੋ ਗਿਆ, ਨਾਮ ਵੀ ਜਪਦਾ ਨਾਲ ਬਾਣੀ ਵੀ ਪੜ੍ਹਦਾ ਸਿਮਰਨ ਵੀ ਕਰਦਾ, ਜਿਹਦਾ ਸਿਮਰਨ ਵਿੱਚ ਪ੍ਰੇਮ ਪੈਦਾ ਹੋ ਗਿਆ ਵਾਹਿਗੁਰੂ ਦੇ ਨਾਮ ਵਿੱਚ, ਤਿੰਨ ਕੋ ਜਨਮ ਮਰਨ ਮਿਟ ਜਾਏ, ਆਖੋ ਭਾਈ ਵਾਹਿਗੁਰੂ ਮਹਾਰਾਜ ਪਤਾ ਕੀ ਵਰ ਦੇ ਰਹੇ ਆ ਉਹਨਾਂ ਲਈ, ਕਹਿੰਦੇ ਉਹਦਾ ਜੰਮਣ ਮਰਨ ਹੀ ਮਿਟ ਜਾਏਗਾ, ਭਾਵ ਉਹ ਮੁਕਤ ਹੋ ਜਾਏਗਾ, ਉਹਦਾ ਗੁਜ਼ਾਰਾ ਵੀ ਚੱਲੇਗਾ, ਉਹਨੂੰ ਸੰਸਾਰ ਦੇ ਸੁੱਖ ਵੀ ਮਿਲਣਗੇ ਔਰ ਉਹਦਾ ਜੰਮਣ ਮਰਨ ਵੀ ਕੱਟਿਆ ਜਾਏਗਾ, ਉਹ ਮੁਕਤ ਹੋ ਜਾਏਗਾ, ਉਹਦੇ 'ਤੇ ਇੰਨੀ ਕਿਰਪਾ ਹੋਏਗੀ ਜਿਹੜਾ ਭੈ ਭਾਵਨਾ ਵਿੱਚ ਰਹਿ ਕੇ ਸੇਵਾ ਸਾਰੀ ਨਿਭਾਉਂਦਾ ਹੈ। ਗੁਰ ਸਮੀਪਤਾ ਸੋ ਨਰ ਪਾਏ, ਉਹ ਗ੍ਰੰਥੀ ਸਿੰਘ, ਉਹ ਪਾਠੀ ਸਿੰਘ, ਉਹ ਰਾਗੀ ਢਾਡੀ, ਪ੍ਰਚਾਰਕ, ਕਥਾ ਵਾਚਕ, ਸੰਤ ਮਹੰਤ, ਮਹਾਤਮਾ, ਉਸ ਉੱਤਮ ਪੁਰਸ਼ ਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਵਾਸ ਮਿਲੇਗਾ, ਗੁਰੂ ਦੀ ਨੇੜਤਾ ਪ੍ਰਾਪਤ ਹੋ ਜਾਏਗੀ ਅੱਠੇ ਪਹਿਰ।
ਪਠਾ ਲੈਨ ਧਨ ਕੋ ਧਰ ਲੋਭਾ। ਪਰ ਜਿਹੜਾ ਕੇਵਲ ਪਾਠ ਕਰਦਾ ਇਹ ਸ਼੍ਰੇਣੀ ਵਿੱਚ ਆਉਂਦਾ ਰਾਗੀ ਢਾਡੀ ਕਥਾ ਵਾਚਕ ਸੰਤ ਮਹੰਤ ਪਾਠ ਕਰਦਾ ਪਰ ਧਨ ਦਾ ਲੋਭ ਬਹੁਤਾ ਰੱਖਦਾ ਮਨ ਵਿੱਚ ਕਹਿ ਕਹਿ ਕੇ ਜਾਂ ਬਹੁਤਾ ਲਾਲਚ ਰੱਖ ਕੇ ਮਾਇਆ ਲੈਂਦਾ ਹੈ। ਕਰਹਿ ਕੁਕਰਮਨ ਪ੍ਰਾਪਤ ਸ਼ੋਭਾ। ਔਰ ਸਾਧ ਸੰਗਤ ਜੀ ਫਿਰ ਉਹ ਮਾਇਆ ਲੈ ਕੇ ਖੋਟੇ ਕਰਮ ਕਰਦਾ, ਕੁਕਰਮੀ ਬਣਦਾ ਔਰ ਦੁਨੀਆ ਕੋਲੋਂ ਸ਼ੋਭਾ ਵੀ ਲੈਂਦਾ। ਲੋਕ ਕਹਿੰਦੇ ਬੜਾ ਸੋਹਣਾ ਕੀਰਤਨ ਕੀਤਾ, ਬੜੀ ਸੋਹਣੀ ਵਾਰ ਗਾਈ, ਬੜਾ ਸੋਹਣਾ ਪਾਠ ਸੁਣਾਇਆ, ਲੋਕਾਂ ਨੇ ਉਹਦੀ ਵਾਹਵਾ ਵਾਹਵਾ ਕੀਤੀ, ਉਹਦੀ ਸ਼ੋਭਾ ਵੀ ਉਹਨੇ ਲਈ ਨਾ ਵਡਿਆਈ ਵੀ। ਪਰ ਉਲਟਾ ਸ਼ੋਭਾ ਦੇ ਵਿੱਚ ਲੋਕ ਸੰਗਤਾਂ ਪ੍ਰਭਾਵਿਤ ਹੋ ਕੇ ਉਹਦਾ ਸਤਿਕਾਰ ਕਰ ਰਹੀਆਂ, ਮਾਣ ਕਰ ਰਹੀਆਂ, ਉਹਨੂੰ ਧਨ ਦੇ ਰਹੇ ਹੈ ਵੀ ਇਹਦੀ ਰਸਨਾ ਵਿੱਚ ਰਸ ਹੈ, ਇਹ ਬੜਾ ਸੋਹਣਾ ਕੀਰਤਨ ਸੋਹਣੀ ਕਥਾ ਕਰਦਾ, ਅਤੇ ਸੰਗਤ ਉਹਦਾ ਬਹੁਤ ਮਾਣ ਕਰਦੀ ਹੈ। ਉਹ ਲੋਭ ਧਾਰ ਕੇ ਉਹ ਧਨ ਲੈਂਦਾ ਅਤੇ ਧਨ ਲੈ ਕੇ ਕੁਕਰਮ ਕਰਦਾ, ਸ਼ਰਾਬਾਂ ਮਾਸ ਖਾਂਦਾ ਪੀਂਦਾ ਹੈ। ਜਿਮ ਇਹ ਮਨ ਪ੍ਰਕਾਸ਼ ਕੋ ਪਾਏ। ਜਿਵੇਂ ਇਹ ਨਾਮ ਹੁੰਦਾ ਸੱਪ ਦਾ, ਸਾਧ ਸੰਗਤ ਜੀ ਤਿੰਨ ਤਰ੍ਹਾਂ ਦੇ ਸੱਪ ਮੰਨੇ ਹੈ, ਫਨੀਅਰ ਨਾਗ, ਸ਼ਾਂਤੀ ਵਰਤਾਓ ਬੀਬੀ ਉਹ ਸ਼ਾਂਤੀ, ਇਹ ਮਨ। ਜੇ ਤੁਸੀਂ ਗੱਲਾਂ ਹੀ ਕਰੀ ਗਿਆ ਤੁਹਾਨੂੰ ਸਮਝ ਕੀ ਲੱਗੂਗੀ, ਘਰੇ ਜਾ ਕੇ ਕੀ ਦੱਸੋਗੇ ਬੱਚੇ ਨੂੰ? ਤੁਹਾਡਾ ਬੱਚਾ ਸਵਾਲ ਕਰ ਦੇਵੇ ਵੀ ਮਾਤਾ ਅੱਜ ਕਥਾ ਸੁਣ ਕੇ ਆਈ ਹੈ, ਸਾਨੂੰ ਸੁਣਾ ਕੀ ਸਾਖੀ ਉੱਥੇ ਚੱਲ ਰਹੀ ਸੀ, ਕੀ ਕਥਾ ਵਿੱਚ ਸੁਣਾਇਆ? ਤਾਂ ਸੁਣਾ ਪਹਿਲਾਂ ਸਾਖੀ ਸੁਣਾ, ਕੀ ਸੁਣਾਉਂਗੀਆਂ ਤੁਸੀਂ ਦੱਸੋ, ਕੀ ਕਥਾ ਹੋਈ ਦੱਸੋਂਗੀਆਂ ਬੀਬੀ? ਉਹ ਕੋਈ ਅਜੇ ਵੀ ਤੁਹਾਡੇ ਧਿਆਨ 'ਚ ਨਹੀਂ ਗੱਲ ਆਈ, ਤੁਸੀਂ ਉਸੇ ਤਰ੍ਹਾਂ ਹੀ ਚੱਲੀ ਜਾ ਰਹੀ ਹੋ। ਧਿਆਨ ਨਾਲ ਇਕਾਗਰ ਨਾਲ ਸੁਣੋ, ਮਨ ਨੂੰ ਬਿਰਤੀ ਨੂੰ ਕਥਾ ਵਿੱਚ ਜੋੜੋ, ਸੰਗਤ ਵਿੱਚ ਆਇਆ ਕਰੋ, ਇਕਾਗਰ ਹੋ ਕੇ ਬੈਠਿਆ ਕਰੋ। ਤਿੰਨ ਤਰ੍ਹਾਂ ਦੇ ਸੱਪ ਹੁੰਦੇ ਆ ਮਣੀ ਵਾਲੇ। ਇੱਕ ਸੱਪ ਉਹ ਹੁੰਦਾ ਜਿਹੜਾ ਰਾਤ ਨੂੰ ਸਾਧ ਸੰਗਤ ਜੀ ਜਦੋਂ ਹਨੇਰਾ ਹੋ ਜਾਂਦਾ ਨਾ, ਉਹ ਆਪਣੀ ਮਣੀ ਮੱਥੇ ਵਿੱਚੋਂ ਕੱਢ ਕੇ ਆਪਣੇ ਅੱਗੇ ਰੱਖ ਲੈਂਦਾ। ਉਹ ਮਣੀ ਬੜੀ ਚਮਕਦੀ ਹੈ, ਹੀਰੇ ਵਾਂਗੂ ਪ੍ਰਕਾਸ਼ ਦਿੰਦੀ ਹੈ, ਉਹਦੀਆਂ ਕਿਰਨਾਂ 'ਤੇ ਰਾਤ ਨੂੰ ਗਰਮੀ ਦੇ ਸਮੇਂ ਵਿੱਚ ਜਾਨਵਰ ਉੱਡ ਉੱਡ ਕੇ ਆਉਂਦੇ ਹੈ, ਅਤੇ ਉਹ ਸੱਪ ਉਹਨਾਂ ਜਾਨਵਰਾਂ ਨੂੰ ਕੀੜੇ ਮਕੌੜੇ ਨੂੰ ਖਾ ਕੇ ਆਪਣਾ ਪੇਟ ਭਰ ਲੈਂਦਾ। ਦੂਜਾ ਸੱਪ ਉਹ ਹੁੰਦਾ ਜਿਹੜਾ ਮਣੀ ਕੱਢ ਲੈਂਦਾ ਬਾਹਰ, ਚੰਦਰਮਾ ਦੀਆਂ ਉਹਦੇ 'ਤੇ ਕਿਰਨਾਂ ਪੈਂਦੀਆਂ, ਉਹਦੇ 'ਤੇ ਥੋੜ੍ਹਾ ਥੋੜ੍ਹਾ ਅੰਮ੍ਰਿਤ ਸਰਬਦਾ, ਜਿਵੇਂ ਬਰਫ਼ ਵਾਲਾ ਪਾਣੀ ਕਿਸੇ ਗਲਾਸ ਵਿੱਚ ਪਾ ਲਓ ਉਹਦੇ ਬਾਹਰ ਪਾਣੀ ਆ ਜਾਂਦਾ ਨਾ, ਇਸ ਤਰ੍ਹਾਂ ਉਹਦੇ 'ਤੇ ਉਹ ਕਿਰਨਾਂ ਸਰਬਦੀਆਂ। ਔਰ ਸਾਧ ਸੰਗਤ ਜੀ ਉਹ ਫਿਰ ਉਹ ਜ਼ਬਾਨ ਨਾਲ ਚੱਟ ਚੱਟ ਕੇ ਆਪਣੀ ਜ਼ਹਿਰ ਦੀ ਤਪਸ਼ ਬੁਝਾਉਂਦਾ, ਉਹ ਸ਼ਾਂਤੀ ਲੈਂਦਾ ਉਸ ਮਣੀ ਤੋਂ। ਤੀਜਾ ਸੱਪ ਉਹ ਹੁੰਦਾ ਜਿਹੜਾ ਮਣੀ ਕੱਢ ਕੇ ਬਾਹਰ ਰੱਖ ਦਿੰਦਾ, ਜਦੋਂ ਪ੍ਰਕਾਸ਼ ਵੇਖਦਾ ਇੰਨਾ ਖੁਸ਼ ਹੁੰਦਾ ਕਿ ਮੇਰੇ ਕੋਲ ਇੰਨੀ ਅਮੋਲਕ ਕੀਮਤੀ ਵਸਤੂ ਹੈ ਦੁਨੀਆ ਵਿੱਚ ਕਿਸੇ ਕੋਲ ਨਹੀਂ, ਉਹ ਫਿਰ ਹੰਕਾਰ ਵਿੱਚ ਆ ਕੇ ਫਰਾਟੇ ਮਾਰਦਾ, ਬੜੇ ਬੜੇ ਫੂਕਾਂ ਮਾਰਦਾ, ਆਲੇ ਦੁਆਲੇ ਟੱਪਦਾ ਫਿਰਦਾ, ਮੇਲਦਾ ਫਿਰਦਾ, ਫਰਾਟੇ ਮਾਰਦਾ, ਉਹ ਰੇਤਾ ਉੱਡ ਉੱਡ ਕੇ ਮਣੀ 'ਤੇ ਪੈ ਜਾਂਦਾ, ਉਹ ਮਣੀ ਲੁਕ ਜਾਂਦੀ ਹੈ, ਪ੍ਰਕਾਸ਼ ਆਉਣੋਂ ਹਟ ਜਾਂਦਾ। ਫਿਰ ਉਹ ਸਾਧ ਸੰਗਤ ਜੀ ਭਟਕਦਾ ਅਤੇ ਥਾਂ ਥਾਂ ਆਪਣਾ ਮੱਥਾ ਮਾਰ ਮਾਰ ਕੇ ਭਟਕ ਭਟਕ ਕੇ ਥਾਂ ਹੀ ਸਮਾਪਤ ਹੋ ਜਾਂਦਾ।
ਇਹ ਤਿੰਨ ਤਰ੍ਹਾਂ ਦੇ ਪ੍ਰਮਾਣ ਜ਼ਹਿਰੀਲੇ ਨਾਗਾਂ ਦੀ ਮਣੀ ਬਾਬਤ ਆਉਂਦੇ ਆ ਇਤਿਹਾਸ ਵਿੱਚ। ਹੁਣ ਇਹਦਾ ਭਾਵ ਇਹੋ ਹੀ ਹੈ, ਇੱਕ ਤਾਂ ਕਹਿੰਦੇ ਸੱਪ ਉਹ ਹੈ ਜਿਹੜਾ ਮਣੀ ਕੱਢ ਕੇ ਬਾਹਰ ਰੱਖਦਾ ਜਦੋਂ ਮਣੀ ਦਾ ਪ੍ਰਕਾਸ਼ ਹੁੰਦਾ ਹੈ। ਬੀਨ ਬੀਨ ਕਿਰਮਨ ਕੋ ਖਾਏ, ਕਿਉਂਕਿ ਦੀਵੇ ਦੀ ਲੋ ਉੱਤੇ ਵੀ ਕਿਰਮ ਜੀਵ ਜੰਤੂ ਕੀੜੇ ਮਕੌੜੇ ਆਉਂਦੇ ਆ ਨਾ ਅੱਜ ਕੱਲ੍ਹ ਗਰਮੀਆਂ ਵਿੱਚ, ਬਲਬਾਂ ਦੇ ਉੱਤੇ ਵੀ ਆਉਂਦੇ ਆ, ਉਹ ਮਣੀ ਦੇ ਪ੍ਰਕਾਸ਼ ਉੱਤੇ ਵੀ ਆਉਂਦੇ ਆ, ਤੇ ਚੁਣ ਚੁਣ ਕੇ ਉਹ ਕੀੜੇ ਮਕੌੜੇ ਕਿਰਮਾਂ ਨੂੰ ਖਾਂਦਾ ਹੈ। ਤਿਮ ਤਿਨ ਨਰ ਕੀ ਕ੍ਰਿਤ ਪਛਾਨੋ, ਪਰ ਕਹਿੰਦੇ ਉਹਨਾਂ ਮਨੁੱਖਾਂ ਦੀ ਤਾਂ ਹਾਲਤ ਇਹ ਹੈ, ਗੁਰਬਾਣੀ ਰੂਪ ਮਣੀ ਨੂੰ ਅੱਗੇ ਰੱਖ ਲਿਆ ਔਰ ਬਾਣੀ ਕਰਕੇ ਧਨ ਪਦਾਰਥ ਆਇਆ, ਔਰ ਧਨ ਪਦਾਰਥ ਆਉਣ ਤੋਂ ਬਾਅਦ ਉਹ ਜਿਹੜੇ ਹੈ ਉਹ ਫਿਰ ਕੁਕਰਮ ਕਰਦੇ ਆ, ਮਾੜੇ ਕਰਮ ਕਰ, ਸ਼ਰਾਬ ਪੀਂਦੇ, ਮਾਸ ਖਾਂਦੇ ਹੈ, ਸੋ ਐਸੇ ਕਰਮ ਕਰਦੇ ਆ, ਉਹ ਤਾਂ ਉਸ ਸੱਪ ਵਰਗੇ ਹੈ। ਦੂਜੇ ਗੁਰਮੁਖ ਉਹ ਹੈ ਜਿਹੜੇ ਭਾਈ ਬਾਣੀ ਰੂਪ ਮਣੀ ਜਿਨ੍ਹਾਂ ਨੂੰ ਮਿਲ ਗਈ, ਉਹ ਬਾਣੀ ਪੜ੍ਹ ਕੇ ਨਾਮ ਵਿੱਚੋਂ ਬਾਣੀ ਵਿੱਚੋਂ ਰਸ ਲੈਂਦੇ ਆਪਣੀ ਆਤਮਿਕ ਤ੍ਰਿਪਤੀ ਵਾਸਤੇ, ਵਿਸ਼ਿਆਂ ਦੀ ਤਪਸ਼ ਨੂੰ ਬੁਝਾਉਂਦੇ ਹੈ, ਉਹ ਠੰਡਕ ਪ੍ਰਾਪਤ ਕਰਦੇ ਹੈ। ਤੀਜੇ ਭਾਈ ਉਹ ਹੈ ਜਿਹਨਾਂ ਕੋਲ ਬਾਣੀ ਦਾ ਗੁਣ ਆ ਗਿਆ, ਰਾਗੀ ਢਾਡੀ ਕਥਾ ਵਾਚਕ ਪ੍ਰਚਾਰਕ ਸਾਡੇ ਵਰਗੇ ਸਾਰੇ ਵਿੱਚ ਹੈ, ਅਤੇ ਉਹਨਾਂ ਦੇ ਅੰਦਰ ਆ ਗਿਆ ਹੰਕਾਰ ਕਿ ਮੇਰੇ ਨਾਲੋਂ ਵੱਡਾ ਪਾਠੀ ਨਹੀਂ, ਮੇਰੇ ਨਾਲੋਂ ਵੱਡਾ ਗ੍ਰੰਥੀ ਨਹੀਂ, ਮੇਰੇ ਨਾਲੋਂ ਵੱਡਾ ਰਾਗੀ ਨਹੀਂ, ਮੇਰੇ ਨਾਲੋਂ ਵੱਡਾ ਢਾਡੀ ਕਵੀਸ਼ਰ ਨਹੀਂ, ਕਥਾ ਵਾਚਕ ਨਹੀਂ, ਪ੍ਰਚਾਰਕ ਨਹੀਂ। ਉਹ ਫਿਰ ਹੰਕਾਰ ਦੇ ਵਿੱਚ, ਗਰਭ ਦੇ ਵਿੱਚ ਭਰਿਆ ਟੇਢਾ ਮੇਢਾ ਹੋ ਕੇ ਤੁਰਦਾ, ਕਹਨਰ ਗਰਭ ਸਥੋਰੀ ਬਾਤ, ਮਨ ਦਸ ਨਾਚ ਟਕਾ ਚਾਰ ਗਰਭਤ ਐਂਡੋ ਟੇਢੋ ਜਾਤ, ਕਹਿੰਦੇ ਬੜਾ ਆਕੜ ਆਕੜ ਕੇ ਤੁਰਦਾ, ਬਿੰਗਾ ਟੇਢਾ ਹੋ ਹੋ ਕੇ ਤੁਰਦਾ, ਕਿਉਂ ਤੁਰਦਾ ਬੰਦਿਆ? ਕਹਿੰਦਾ ਮੇਰੇ ਵਿੱਚ ਹੰਕਾਰ ਹੈ, ਤੈਨੂੰ ਪਤਾ ਨਹੀਂ ਮੇਰੇ ਕੋਲ ਕੀ ਹੈ, ਮੈਂ ਪਦਵੀ ਦਾ ਮਾਲਕ ਹੈ, ਮੈਂ ਧਨੀ ਹੈ, ਮੇਰੇ ਕੋਲ ਏਡੀ ਵੱਡੀ ਵਿੱਦਿਆ ਹੈ, ਮੇਰਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ। ਹੰਕਾਰ ਵਿੱਚ ਤੁਰਦਾ, ਹੰਕਾਰ ਵਿੱਚ ਫਿਰ ਉਹ ਸਾਧ ਸੰਗ ਜੀ ਹੰਕਾਰ ਦੀਆਂ ਫੂਕਾਂ ਛੱਡਦਾ। ਹੰਕਾਰੀ ਬੰਦੇ ਕੋਲ ਸ਼ੁਭ ਗੁਣ ਨਹੀਂ ਕਦੇ ਰਿਹਾ ਕਰਦੇ, ਹੰਕਾਰੀ ਮਨੁੱਖ ਕੋਲ ਵਿਦਿਆ ਦਾ ਪ੍ਰਭਾਵ ਵੀ ਅਰਥਹੀਣ ਹੋ ਜਾਂਦਾ, ਹੰਕਾਰੀ ਮਨੁੱਖ ਕੋਲ ਤਪੱਸਿਆ ਦਾ ਫਲ ਵੀ ਨਹੀਂ ਰਹਿੰਦਾ, ਹੰਕਾਰੀ ਮਨੁੱਖ ਕੋਲ ਸੇਵਾ ਦਾ ਫਲ ਵੀ ਨਹੀਂ ਰਹਿੰਦਾ, ਹੰਕਾਰੀ ਮਨੁੱਖ ਕੋਲ ਪਦਵੀ ਨਹੀਂ ਕਦੇ ਰਹਿੰਦੀ। ਪਦਵੀ 'ਤੇ ਬੈਠ ਕੇ ਬੰਦਾ ਹੰਕਾਰ ਕਰ ਲਵੇ, ਥੋੜ੍ਹੇ ਦਿਨਾਂ 'ਚ ਹੀ ਰੱਬ ਉਹਦੀਆਂ ਪਦਵੀਆਂ ਖੋਲ੍ਹ ਲੈਂਦਾ। ਹੰਕਾਰੀ ਮਨੁੱਖ ਕਿਤੇ ਵੀ ਜੋ ਮਰਜ਼ੀ ਕਰ ਲਵੇ ਜ਼ਿੰਦਗੀ ਵਿੱਚ, ਰੱਬ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਇੱਕ ਅਸੂਲ ਹੈ, ਉਹ ਬੰਦੇ ਦੇ ਹੰਕਾਰ ਨੂੰ ਨਹੀਂ ਕਦੇ ਰਹਿਣ ਦਿੰਦਾ। ਇੱਕ ਦਿਨ ਬੰਦੇ ਦਾ ਹੰਕਾਰ ਢਹਿ ਢੇਰੀ ਕਰਕੇ ਹੀ ਛੱਡਦਾ, ਉਹ ਆਨੇ ਵਾਲੀ ਥਾਂ 'ਤੇ ਲੈ ਆਉਂਦਾ ਰੱਬ ਜਿਹੜਾ ਹੰਕਾਰ ਕਰਦਾ। ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ, ਵੇਦ ਵੀ ਕੂਕਾਂ ਮਾਰ ਕੇ ਕਹਿੰਦੇ ਰੱਬ ਨੂੰ ਇੱਕ ਗੱਲ ਨਹੀਂ ਚੰਗੀ ਲੱਗਦੀ, ਤੁਹਾਡੇ ਲੱਖਾਂ ਗੁਨਾਹ ਰੱਬ ਮਾਫ਼ ਕਰ ਦੂਗਾ ਪਰ ਹੰਕਾਰ ਨਹੀਂ ਕਦੇ ਮਾਫ਼ ਕਰਦਾ ਜੇ ਬੰਦਾ ਹੰਕਾਰ ਕਰਦਾ। ਇਸ ਕਰਕੇ ਉਹ ਹੰਕਾਰੀ ਬੰਦਾ ਆਪਣੇ ਗੁਣ ਗਵਾ ਲੈਂਦਾ, ਹੰਕਾਰ ਦੀ ਫੂਕ ਵਿੱਚ ਭਰਿਆ ਹੋਇਆ ਨਾ, ਉਹ ਸਾਰੇ ਗੁਣਾਂ ਦੀ ਕੀਮਤ ਉਹਦੇ ਕੋਲ ਨਹੀਂ ਰਹਿ ਜਾਂਦੀ, ਸਭ ਕੁਝ ਉਹਦਾ ਦਫ਼ਨ ਹੋ ਜਾਂਦਾ। ਇਸ ਕਰਕੇ ਕਹਿੰਦੇ ਉਹਨਾਂ ਮਨੁੱਖਾਂ ਦੀ ਤਾਂ ਕਿਰਤ ਐਸੀ ਹੈ ਜਿਵੇਂ ਸੱਪ ਨੇ ਮਣੀ ਕੱਢ ਕੇ ਬਾਹਰ ਆਪਣਾ ਪੇਟ ਭਰ ਲਿਆ,
ਪਰ ਮਣੀ ਦੀ ਉਹਨੂੰ ਕੀਮਤ ਦਾ ਕੋਈ ਪਤਾ ਹੀ ਨਹੀਂ ਵੀ ਇਹ ਮਣੀ ਦੀ ਕਿੱਡੀ ਵੱਡੀ ਕੀਮਤ ਹੈ, ਇਹਦੇ ਤੋਂ ਕੀ ਮੈਂ ਪ੍ਰਾਪਤ ਕਰ ਸਕਦਾ। ਸਾਰੀ ਦੁਨੀਆ ਦੀ ਦੌਲਤ ਮਣੀ ਲੈਣ ਵਾਲਾ, ਮਣੀ ਰੱਖਣ ਵਾਲਾ ਮਨੁੱਖ ਪ੍ਰਾਪਤ ਕਰ ਸਕਦਾ ਸਾਰੀ ਦੁਨੀਆ ਦੀ, ਪਰ ਗੁਰਬਾਣੀ ਰੂਪ ਮਣੀ ਤਾਂ ਦੋਨੋਂ ਲੋਕਾਂ ਦੀ ਦੌਲਤ ਹੈ। ਜੇ ਬੰਦਾ ਉਹਦੀ ਕਦਰ ਕੀਮਤ ਨਹੀਂ ਕਰਦਾ, ਕੇਵਲ ਪੇਟ ਪੂਰਤੀ ਤੋਂ ਅੱਗੇ ਲੰਘ ਕੇ ਫਿਰ ਖੋਟੇ ਕਰਮ ਕਰਨ ਲੱਗ ਜਾਂਦਾ, ਪਾਪ ਕਰਮ ਕਰਦਾ, ਮਹਾਰਾਜ ਕਹਿੰਦੇ ਫਿਰ ਤਾਂ ਉਸ ਕੀੜੇ ਮਕੌੜੇ ਖਾਣ ਵਾਲਾ ਜੋ ਸੱਪ ਹੈ ਉਹਦੇ ਵਰਗੀ ਹਾਲਤ ਹੈ ਉਸ ਦੀ। ਪੜ੍ਹ ਸੁਣਾਏ ਲੈ ਦਰਬ ਮਹਾਨੋ, ਪੜ੍ਹ ਕੇ ਸੁਣਾ ਕੇ ਜਿਹੜਾ ਕੇਵਲ ਧਨ ਹੀ ਲੈਂਦਾ, ਕਹਿੰਦਾ ਮੈਂ ਤਾਂ ਜੀ ਰੌਲ ਲਾਉਣੀ, ਇੰਨੇ ਪੈਸੇ ਰੱਖੋ, ਮੈਂ ਕੀਰਤਨ ਤਾਂ ਕਰਨਾ ਹੂੰ, ਇੰਨੇ ਪੈਸੇ ਰੱਖੋ। ਕੇਵਲ ਧਨ ਲੈਣ ਵਾਸਤੇ ਜਿਹਨੇ ਇੱਕ ਆਪਣਾ ਵਪਾਰ ਬਣਾ ਲਿਆ ਹੈ। ਕਰਹਿ ਕੋ ਕਰਮ ਭੋਗ ਤ੍ਰਿਯ ਪਰ ਕੋ, ਸੰਗਤਾਂ ਕਹਿੰਦੀਆਂ ਵੀ ਬੜਾ ਸੋਹਣਾ ਰਾਗੀ ਢਾਡੀ ਕਥਾ ਬਾਤ ਚ ਕਹਿ, ਭਾਈ ਉਹਨੂੰ ਬੁਲਾਓ। ਪ੍ਰਬੰਧਕ ਕਹਿੰਦੇ ਜੀ ਬੁਲਾਉਂਦੇ ਹੈ। ਉਹ ਕਹਿੰਦਾ ਵੀ ਮੈਂ 1,00,000 ਰੁਪਇਆ ਲਊਂਗਾ ਤਾਂ ਕੀਰਤਨ ਕਥਾ ਜਾਂ ਢਾਡੀ ਬਣ ਕੇ ਆਊਂਗਾ ਤੁਹਾਡੇ ਕੋਲੇ। ਪ੍ਰਬੰਧਕ ਕਹਿੰਦੇ ਜੀ ਜ਼ਰੂਰ ਦੇਵਾਂਗੇ, ਸੰਗਤ ਦਾ ਹੁਕਮ ਹੈ, ਮੰਨਣਾ ਹੈ। ਉਹ ਫਿਰ ਇੱਥੋਂ ਮਾਲ ਜਾ ਕੇ ਘਰੇ ਜਾ ਕੇ ਸ਼ਰਾਬਾਂ ਪੀਵੇ, ਖੋਟੇ ਕਰਮ ਕਰੇ, ਅਤੇ ਸਾਧ ਸੰਗਤ ਜੀ ਉਹ ਤਾਂ ਫਿਰ ਪਾਪੀ ਮਨੁੱਖ ਹੀ ਹੈ ਨਾ, ਸੰਗਤ ਦੀ ਮਾਇਆ ਲੈ ਕੇ ਪਾਪ ਕਰਮਾਂ ਵਿੱਚ ਲਾਵੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਫਿਰ ਖੋਟੇ ਕਰਮ ਕਰਦਾ ਹੈ ਉਸ ਧਨ ਨੂੰ ਲੈ ਕੇ ਸੰਗਤ ਕੋਲੋਂ ਗੁਰੂ ਦੇ ਦਰ ਵਿੱਚੋਂ ਸਿਮਰੈ ਨਹਿ ਸਤਨਾਮ ਸੋ ਬਰ ਕੋ, ਜੋ ਸਾਰੇ ਬਰ ਦੇਣ ਵਾਲਾ ਸ੍ਰੇਸ਼ਟ ਪਰਮੇਸ਼ਰ ਦਾ ਨਾਮ ਉਹਦਾ ਸਿਮਰਨ ਨਹੀਂ ਕਰਦਾ। ਨਰਕ ਸਧਾਰੈ ਗੁਰ ਨ ਸਹਾਰੇ, ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਸਿੱਧਾ ਨਰਕਾਂ ਨੂੰ ਜਾਊ, ਵਿਚਾਲੇ ਨੂੰ ਰੋਕਣ ਵਾਲਾ ਬਚਾਉਣ ਵਾਲਾ ਕੋਈ ਨਹੀਂ ਆਉਣਾ, ਅਤੇ ਗੁਰੂ ਨੇ ਵੀ ਉਹਦੀ ਸਹਾਇਤਾ ਨਹੀਂ ਕਰਨੀ, ਰੱਖਿਆ ਨਹੀਂ ਕਰਨੀ। ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ ਨਾ, ਸੰਗਤ ਕੋਈ ਭੇਟਾ ਦਿੰਦੀ ਹੈ ਉਹਦਾ ਫਲ ਜਿਨ੍ਹਾਂ ਜਿਨ੍ਹਾਂ ਨੇ ਭੇਟਾ ਦਿੱਤੀ ਉਹਨਾਂ ਨੂੰ ਰੱਬ ਨੇ ਦੇਣਾ ਹੀ ਦੇਣਾ। ਸਾਧ ਸੰਗਤ ਜੀ, ਚੰਗੀਆਂ ਗੱਲਾਂ ਸਾਨੂੰ ਹਰ ਮਨੁੱਖ 'ਚੋਂ ਲੈਣੀਆਂ ਚਾਹੀਦੀਆਂ, ਚੰਗੀਆਂ ਗੱਲਾਂ। ਚੰਗੀ ਗੱਲ ਦੁਸ਼ਮਣ ਕੋਲੇ ਵੀ ਹੋਵੇ ਨਾ ਉਹ ਤੋਂ ਵੀ ਲਓ। ਲੰਕਾ ਦੇ ਵਿੱਚ ਜੰਗ ਹੋ ਗਿਆ ਭਗਵਾਨ ਰਾਮ ਦਾ ਔਰ ਰਾਵਣ ਦਾ। ਰਾਵਣ ਸਾਧ ਸੰਗਤ ਜੀ ਜੰਗ ਦੇ ਵਿੱਚ ਇੰਨਾ ਫੱਟੜ ਘਾਇਲ ਹੋ ਗਿਆ ਕਿ ਅਖੀਰਲੇ ਸਮੇਂ ਦੇ ਸਵਾਸ ਰਹਿ ਗਏ। ਰਾਮ ਜੀ ਕਹਿੰਦੇ ਲਛਮਣ ਜਾ। ਰਾਵਣ ਚਾਰੇ ਵੇਦਾਂ ਦਾ ਬੜਾ ਵੱਡਾ ਗਿਆਨੀ ਹੈ, ਹੰਕਾਰ ਉਹਨੂੰ ਲੈ ਕੇ ਬਹਿ ਗਿਆ, ਹੰਕਾਰ ਨਾਲ ਉਹ ਮਾਰਿਆ ਗਿਆ, ਵਰਨਾ ਇਸ ਧਰਤੀ 'ਤੇ ਉਸ ਜਿੱਡਾ ਵੱਡਾ ਵਿਦਵਾਨ ਪੰਡਿਤ ਨਹੀਂ ਸੀ ਕੋਈ ਇਸ ਧਰਤੀ 'ਤੇ ਜਿੱਡਾ ਵੱਡਾ ਉਹ ਵਿਦਵਾਨ ਸੀ, ਜਿੱਡਾ ਵੱਡਾ ਉਹ ਸ਼ਕਤੀਸ਼ਾਲੀ ਸੀ। ਉਹਦੇ ਦੇਵਤੇ ਵੀ ਉਹਦੀ ਚਾਕਰੀ ਕਰਦੇ ਸਨ ਉਹਦੇ ਦਰਦੀ, ਪਰ ਇੱਕ ਹੰਕਾਰ ਨੇ ਉਹਦਾ ਸਾਰਾ ਕੁਝ ਤਬਾਹ ਕਰ ਦਿੱਤਾ। ਬੜਾ ਗੁਣੀ ਪੁਰਸ਼ ਹੈ, ਉਹਦੇ ਕੋਲੋਂ ਜਾ ਕੇ ਕੋਈ ਗੁਣ ਲੈ ਲੈ। ਲਛਮਣ ਗਿਆ, ਹੰਕਾਰੀ ਸੁਭਾਅ ਲਛਮਣ ਦਾ ਵੀ ਸੀ, ਉਹ ਵੀ ਘੱਟ ਨਹੀਂ ਸੀ, ਸਿਰਹਾਣੇ ਖੜ ਗਏ ਡਾ ਕੇ। ਰਾਵਣ ਨੇ ਅੱਖਾਂ ਖੋਲੀਆਂ, ਅੱਖਾਂ ਬੰਦ ਕਰ ਲਈਆਂ, ਬੁਲਾਈ ਜਾਂਦਾ ਬੋਲਦਾ ਹੀ ਨਹੀਂ, ਮੁੜ ਗਿਆ, ਨਮਸਕਾਰ ਵੀ ਨਹੀਂ ਕੀਤੀ। ਕਹਿੰਦੇ ਜੀ ਤਾਂ ਉਹ ਤਾਂ ਬੋਲਦਾ ਹੀ ਨਹੀਂ, ਅੱਖਾਂ ਹੀ ਬੰਦ ਕਰ ਗਿਆ। ਕਹਿੰਦੇ ਬੰਦ ਨਹੀਂ ਕੀਤੀਆਂ, ਤੂੰ ਕੋਈ ਗਲਤੀ ਕੀਤੀ ਹੈ। ਕਹਿੰਦੇ ਗਿਆ ਕਿਵੇਂ ਸੀ?
ਕਹਿੰਦੇ ਮੈਂ ਜਾ ਕੇ ਉਹਨਾਂ ਦੇ ਸਿਰਹਾਣੇ ਖੜ ਗਿਆ ਵੀ ਬੋਲੋ ਕੁਛ ਦੱਸੋ। ਕਹਿੰਦੇ ਲਛਮਣ ਵੱਡਿਆਂ ਦੇ ਕੋਲ ਜਦੋਂ ਜਾਈਦਾ ਹੈ ਕੋਈ ਤਰੀਕਾ, ਪਹਿਲਾਂ ਜਾ ਕੇ ਉਹਨਾਂ ਦੇ ਚਰਨਾਂ 'ਚ ਮੱਥਾ ਟੇਕ, ਜਿੱਥੋਂ ਕੁਛ ਲੈਣਾ ਪੈਂਦਾ ਉਹਦੇ ਅੱਗੇ ਝੁਕਣਾ ਪੈਂਦਾ, ਝੁਕਣ ਵਾਲੇ ਨੂੰ ਸਭ ਕੁਝ ਮਿਲਦਾ, ਜਿਹੜਾ ਝੁਕਦਾ ਨਹੀਂ ਉਹ ਕਿਸੇ ਤੋਂ ਕੁਝ ਨਹੀਂ ਲੈ ਸਕਦਾ ਜ਼ਿੰਦਗੀ ਵਿੱਚ। ਕਹਿੰਦੇ ਉਹਦੇ ਚਰਨਾਂ ਵਿੱਚ ਫੁੱਲਾਂ ਦੀ ਭੇਟਾ ਰੱਖ ਕੇ ਮੱਥਾ ਟੇਕ, ਫਿਰ ਚਰਨਾਂ ਵਾਲੇ ਖੜ ਕੇ ਜਿਹਦੇ ਕੋਲੋਂ ਲਈਦਾ ਉਹਦੇ ਚਰਨਾਂ ਵੱਲ ਖੜ ਕੇ ਉਹਦੇ ਅੱਗੇ ਬੇਨਤੀ ਕਰੀਦੀ ਹੈ। ਆਪਾਂ ਵੀ ਜਦੋਂ ਅਰਦਾਸ ਕਰੀਦੀ ਹੈ ਇਹ ਭਾਵਨਾ ਹਰ ਸਿੱਖ ਦੀ ਹੁੰਦੀ ਹੈ, ਮਹਾਰਾਜ ਅਸੀਂ ਤੁਹਾਡੇ ਚਰਨਾਂ 'ਚ ਹਾਜ਼ਰ ਹਾਂ। ਤੋ ਇਸ ਕਰਕੇ ਕਹਿੰਦੇ ਚਰਨਾਂ 'ਚ ਗਲ 'ਚ ਪੱਲਾ ਪਾ ਕੇ ਬੇਨਤੀ ਕਰ, ਹੇ ਮਹਾਨ ਵਿਦਵਾਨ, ਹੇ ਦੇਵ ਸਰੂਪ, ਹੇ ਰਾਵਣ ਜੀ, ਅਖੀਰਲੇ ਸਮੇਂ ਦੀ ਕੋਈ ਸਿੱਖਿਆ ਦੇ ਦਿਓ, ਸਾਡਾ ਵੀ ਭਲਾ ਹੋ। ਕਹਿੰਦੇ ਐਂ ਬੇਨਤੀ ਕਰ ਤੈਨੂੰ ਸਭ ਕੁਛ ਮਿਲੂਗਾ। ਲਛਮਣ ਗਿਆ, ਦੋ ਫੁੱਲ ਲਏ, ਮੱਥਾ ਟੇਕਿਆ, ਫੁੱਲ ਅੱਗੇ ਰੱਖੇ। ਰਾਵਣ ਨੇ ਨੇਤਰ ਖੋਲ੍ਹੇ, ਕਹਿਣ ਲੱਗਾ ਆਓ ਲਛਮਣ ਕਿਵੇਂ ਆਇਓ। ਕਹਿਣ ਲੱਗੇ ਜੀ ਅੰਤਿਮ ਸਮੇਂ ਦੀ ਕੋਈ ਸਿੱਖਿਆ ਦਿਓ, ਕਿਰਪਾ ਕਰੋ। ਰਾਵਣ ਕਹਿੰਦਾ ਲਛਮਣ ਅਖੀਰਲੇ ਸਮੇਂ ਦੀ ਕੋਈ ਸਿੱਖਿਆ ਜ਼ਿੰਦਗੀ 'ਚ ਯਾਦ ਰੱਖੀ ਹੈ ਮੇਰੇ ਬੋਲ। ਗੁਰਬਾਣੀ ਵਿੱਚ ਵੀ ਉਹ ਬਚਨ ਆਏ ਆ, ਕਬੀਰ ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਏ ਤਾਲ, ਪਾਛਾ ਕਸ਼ੂ ਨਾ ਹੋਏਗਾ ਜੋ ਸਿਰ ਪਰਾਵੈ ਕਰ। ਕਹਿੰਦੇ ਜਿਹੜਾ ਚੰਗਾ ਕੰਮ ਹੈ ਬੰਦੇ ਤੂੰ ਕੱਲ੍ਹ ਨੂੰ ਕਰਨਾ ਉਹ ਅੱਜ ਕਰ, ਪਰਉਪਕਾਰ ਅੱਜ ਕਰ, ਭਲਾ ਅੱਜ ਕਰ, ਸੇਵਾ ਅੱਜ ਕਰ, ਸਤਸੰਗਤ ਅੱਜ ਕਰ, ਨਾਮ ਅੱਜ ਜਪ, ਕਿਸੇ ਦਾ ਭਲਾ ਅੱਜ ਕਰ ਅੱਜ। ਕਹਿੰਦੇ ਕੱਲ੍ਹ ਦਾ ਪਤਾ ਨਹੀਂ ਵੀ ਕੱਲ੍ਹ ਨੂੰ ਇਹ ਦਿਨ ਆਵੇ ਨਾ ਆਵੇ। ਮੈਂ ਜ਼ਿੰਦਗੀ 'ਚ ਸੋਚਦਾ ਰਿਹਾ ਹੇ ਲਛਮਣ ਕਿ ਮੇਰਾ ਕਾਲ ਆਉਣਾ ਹੀ ਨਹੀਂ ਕਦੇ, ਮੈਂ ਕਾਲ ਨੂੰ ਪਾਵੇ ਨਾਲ ਬੰਨ ਲਿਆ, ਪਰ ਕਾਲ ਮੇਰੇ ਸਿਰ 'ਤੇ ਅੱਜ ਖੜ੍ਹਾ। ਅੱਜ ਮੇਰੇ ਕੋਲ ਵਕਤ ਨਹੀਂ ਰਹਿ ਗਿਆ ਕਿ ਕੋਈ ਮੈਂ ਚੰਗਾ ਕੰਮ ਕਰ ਸਕਾਂ, ਹੁਣ ਵਕਤ ਨਹੀਂ ਰਹਿ ਗਿਆ, ਖੁੰਝ ਗਿਆ ਮੇਰੇ ਕੋਲੋਂ ਸਮਾਂ, ਮੇਰੇ ਤੋਂ ਚੰਗਾ ਕੰਮ ਨਹੀਂ ਹੋ ਸਕਣਾ। ਇਸ ਕਰਕੇ ਜਿਹੜਾ ਚੰਗਾ ਕਰਮ ਕੱਲ੍ਹ ਨੂੰ ਕਰਨਾ ਉਹ ਅੱਜ ਕਰ, ਜਿਹੜਾ ਅੱਜ ਕਰਨਾ ਹੁਣੇ ਕਰ ਹੁਣੇ। ਬਸ ਕਹਿੰਦੇ ਆਹ ਸਿੱਖਿਆ ਮੇਰੀ, ਇਹਨੂੰ ਪੱਲੇ ਬੰਨ ਲੈ, ਜੇ ਬੰਨ ਕੇ ਰੱਖੇਗਾ ਤੇਰੀ ਜ਼ਿੰਦਗੀ ਸੁਖੀ ਹੋ ਜਾਏਗੀ। ਗੁਣ ਚੰਗਾ ਹਰ ਮਨੁੱਖ ਕੋਲੋਂ ਲੈਣਾ ਚਾਹੀਦਾ। ਮੈਂ ਗੱਲ ਉਹ ਕਰ ਰਿਹਾ, ਪ੍ਰਮਾਣ ਦਿੱਤਾ, ਹਿੰਦੂ ਧਰਮ ਦੇ ਜਿਹੜੇ ਵਿਦਵਾਨ ਪੰਡਿਤ ਲੋਕ ਹੈ ਤੁਹਾਡੇ ਕੋਲੋਂ ਮਾਇਆ ਲੈਣਗੇ, ਤੁਹਾਡੇ ਕੋਲੋਂ ਵਸਤਰ ਲੈਣਗੇ, ਤੁਹਾਡੇ ਕੋਲੋਂ ਪਦਾਰਥ ਲੈਣਗੇ। ਉਹ ਅਰਦਾਸ ਕਰਨਗੇ ਕਿ ਹੇ ਪ੍ਰਮਾਤਮਾ, ਇਸ ਪ੍ਰਾਣੀ ਨੇ ਮੈਨੂੰ ਇੰਨਾ ਧਨ, ਇੰਨੇ ਵਸਤਰ, ਇੰਨਾ ਅਨਾਜ, ਇੰਨੇ ਫਲ, ਆਹ ਸਮੱਗਰੀ ਮੈਨੂੰ ਦਿੱਤੀ ਹੈ, ਹੇ ਪ੍ਰਮਾਤਮਾ ਇਸ ਸਮੱਗਰੀ ਨਾਲ ਮੇਰਾ ਅਤੇ ਮੇਰੇ ਪਰਿਵਾਰ ਦਾ ਉਪਜੀਵਿਕਾ ਦੁਆਰਾ ਗੁਜ਼ਾਰਾ ਹੋਣਾ। ਜੋ ਇਹਨੇ ਮੈਨੂੰ ਦਿੱਤਾ ਮਹਾਰਾਜ ਜੀ ਦਾ ਫਲ ਮੇਰੇ ਜਜਮਾਨ ਨੂੰ, ਮੈਨੂੰ ਦਾਨ ਦੇਣ ਵਾਲੇ ਨੂੰ ਦੇ ਕੇ ਇਹਦੀ ਸਰਬੱਤਰ ਆਸਾ ਪੂਰੀ ਕਰੋ, ਇਹਦੇ ਦੁੱਖ ਦੂਰ ਕਰੋ, ਇਹਨੂੰ ਲੰਮੀ ਉਮਰ ਬਖਸ਼ੋ, ਇਹਦੀ ਰੱਖਿਆ ਕਰੋ, ਇਹਦੀ ਸਹਾਇਤਾ ਕਰੋ। ਕੋਈ ਗ੍ਰੰਥੀ ਸਿੰਘ ਇੱਦਾਂ ਅਰਦਾਸ ਕਰਦਾ ਆਪਣੇ 'ਚ? ਤੁਸੀਂ ਮਾਇਆ ਦਿੰਦੇ ਹੋ, ਕਦੇ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਇਹ ਸਿੰਘ ਨੇ ਇੰਨੀ ਮਾਇਆ ਮੈਨੂੰ ਦਿੱਤੀ ਹੈ
ਕਿਰਪਾ ਕਰਨੀ ਮਹਾਰਾਜ, ਸਿੱਖ ਨੇ ਜਿੰਨੀ ਮਾਇਆ ਦਿੱਤੀ ਹੈ, ਪਦਾਰਥ ਦਿੱਤਾ, ਇਸ ਦੀ ਕਿਰਪਾ ਕਰਕੇ ਨੇਕ ਕਮਾਈ 'ਚ ਬਰਕਤ ਪਾਇਓ, ਇਹਦੀ ਕਾਮਨਾ ਪੂਰੀ ਕਰਿਓ, ਇਹਦੇ ਨਾਲ ਮੇਰਾ ਮਹਾਰਾਜ ਰੁਜ਼ਗਾਰ ਚੱਲਣਾ, ਰੋਜੀ ਉਪਜੀਵਿਕਾ ਦੇ ਸਾਧਨ ਚੱਲਣੇ ਹੈ, ਇਸ ਦਾਤੇ ਦੇ ਘਰ ਵਿੱਚ ਜੇ ਹੋਏਗਾ ਤਾਂ ਮੇਰੇ ਘਰ ਵਿੱਚ ਆਏਗਾ। ਉਹ ਲੋਕ ਇਹ ਕਹਿੰਦੇ ਹੈ, ਜਜਮਾਨ ਸ਼ਬਦ ਦਾਤੇ ਨੂੰ ਵਰਤਦੇ, ਜਿਹੜਾ ਦੇਣ ਵਾਲਾ, ਪ੍ਰੋਤ ਲੈਣ ਵਾਲਾ ਹੁੰਦਾ, ਜਜਮਾਨ ਦੇਣ ਵਾਲਾ ਹੁੰਦਾ। ਇਹ ਜਿਹੜਾ ਦੇਣ ਵਾਲਾ, ਜੇ ਰੱਬ ਹੇ ਵਾਹਿਗੁਰੂ ਇਹਦੇ ਘਰ ਵਿੱਚ ਆਓ ਤਾਂ ਹੀ ਮੇਰੇ ਘਰ ਵਿੱਚ ਆਓ। ਇਸ ਕਰਕੇ ਹੇ ਪਰਮਾਤਮਾ, ਇਹਦੇ ਘਰ ਵਿੱਚ ਸਦਾ ਹੀ ਸਭ ਕੁਝ ਬਣਿਆ ਰਹੇ, ਕੋਈ ਕਮੀ ਨਾ ਆਵੇ। ਉਦਾਸੀ ਮਹਾਂਪੁਰਖ ਵੱਡੇ ਅਖਾੜੇ ਵਿੱਚ ਧਰਮ ਧੁਰਾ ਕੋਲ, ਨਿਸ਼ਾਨ ਸਾਹਿਬ ਕੋਲ ਜਦੋਂ ਅਰਦਾਸ ਕਰਦੇ ਆ, ਉਹ ਬੜੀ ਸੋਹਣੀ ਬੇਨਤੀ ਕਰਦੇ ਆ, ਬੜੀਆਂ ਸੋਹਣੀਆਂ ਵਿਚਾਰਾਂ। ਕਈ ਵਾਰੀ ਆਪਾਂ ਅਣਗੋਲੀਆਂ ਕਰ ਦਿੰਦੇ ਹਾਂ, ਉਹ ਕਹਿ ਦਿੰਦੇ ਆ, ਹੇ ਸੱਚੇ ਪਾਤਸ਼ਾਹ, ਇਸ ਸਿੱਖ ਨੇ ਇੰਨਾ ਦਮੜਾ ਤੁਹਾਡੇ ਖਜ਼ਾਨੇ ਵਿੱਚ ਪਾਇਆ, ਇਹਦੇ ਘਰ ਵਿੱਚ ਅੰਨ ਧਨ ਲਕਸ਼ਮੀ ਦਾ ਵਾਸ ਰਹੇ, ਧੂਪ ਦੀਪ ਦਾ ਪ੍ਰਕਾਸ਼ ਰਹੇ। ਇਹ ਮਹਾਰਾਜ, ਇਹਦੇ ਘਰ ਵਿੱਚੋਂ ਅੰਨ ਨਾ ਮੁੱਕੇ, ਲਕਸ਼ਮੀ ਮਾਇਆ ਨਾ ਮੁੱਕੇ, ਪਦਾਰਥ ਨਾ ਮੁੱਕਣ। ਧੂਪ ਦੀਪ ਕਿਉਂ ਕਹਿੰਦੇ ਆ? ਕਿ ਇਹਦੇ ਘਰ ਵਿੱਚ ਰੱਬ ਦਾ ਭਜਨ ਵੀ ਹੁੰਦਾ ਰਹੇ, ਤੇਰਾ ਨਾਮ ਵੀ ਜਪਦੇ ਰਹਿਣ। ਭਾਈ ਐਂ ਅਰਦਾਸ ਕਰਾਓ ਤਾਂ ਅਰਦਾਸ ਕਰਨ ਵਾਲੇ ਨੂੰ ਵੀ ਫਲ ਹੈ ਅਤੇ ਕਰਾਉਣ ਵਾਲੇ ਨੂੰ ਵੀ ਫਲ ਹੈ। ਜੇ ਨਹੀਂ ਕਰਾਉਂਦੇ ਜਾਂ ਕਰਨ ਵਾਲਾ ਨਹੀਂ ਕਰਦਾ, ਫਿਰ ਗੱਲ ਨਹੀਂ ਬਣਦੀ। ਇਹ ਸ਼ੁਭ ਗੁਣ ਸਾਨੂੰ ਲੈਣੇ ਚਾਹੀਦੇ, ਚੰਗੀਆਂ ਗੱਲਾਂ ਜਿੱਥੋਂ ਲਿਆ ਉਹਦਾ ਸਦਾ ਹੀ ਭਲਾ ਲੋਚੋ, ਮਨ ਕਰਕੇ ਵੀ, ਰਸਨਾ ਕਰਕੇ ਵੀ, ਅਤੇ ਜਿਹਦਾ ਭਲਾ ਨਹੀਂ ਲੋਚਣਾ ਉਹ ਤੋਂ ਲਓ ਨਾ ਕਦੇ ਵੀ। ਉਹਦੇ ਲਈ ਫਿਰ ਤਿਆਗ ਰੱਖੋ, ਜਿਹਨੇ ਦੇ ਤਾਂ ਉਹਦਾ ਲੋਚਣਾ ਚਾਹੀਦਾ, ਔਰ ਉਹਦਾ ਭਲਾ ਗੁਰੂ ਦੇ ਚਰਨਾਂ ਵਿੱਚ ਲੋਚਣਾ। ਉਹਦੇ ਲਈ ਮਹਾਂਪੁਰਖ ਵੀ ਜਦੋਂ ਜਥਾ ਵਿਚਰਦਾ ਹੁੰਦਾ ਸੀ, ਦੋ ਟਾਈਮ ਲੰਗਰ ਪ੍ਰਸ਼ਾਦਾ ਸਿੰਘਾਂ ਦੇ ਘਰੇ ਛਕਣਾ, ਉਹਨਾਂ ਨੇ ਕਹਿਣਾ, ਭਾਈ ਇੱਕ ਜਪਜੀ ਸਾਹਿਬ ਦਾ ਪਾਠ ਦੁਪਹਿਰ ਦੇ ਲੰਗਰ ਦਾ, ਇੱਕ ਸ਼ਾਮ ਦੇ ਲੰਗਰ ਦਾ ਕਰਨਾ, ਜਿਹਨੇ ਲੰਗਰ ਛਕਾਇਆ ਇਸ ਜਪਜੀ ਸਾਹਿਬ ਦਾ ਫਲ ਉਹਦੇ ਪਰਿਵਾਰ ਨੂੰ ਮਿਲੇ। ਟਕਸਾਲ ਦੇ ਵਿੱਚ ਜਥੇ ਵਿੱਚ ਮਹਾਂਪੁਰਖਾਂ ਦਾ ਇਹ ਪੱਕਾ ਸਾਰੇ ਸਿੰਘਾਂ ਨੂੰ ਨਿਯਮ ਦ੍ਰਿੜ ਕਰਾਇਆ ਹੋਇਆ ਸੀ। ਕਹਿੰਦੇ ਜੇ ਜਪਜੀ ਸਾਹਿਬ ਦਾ ਪਾਠ ਨਹੀਂ ਨਾ ਕਰੋਗੇ, ਹੱਸ ਪੈਂਦੇ ਹੁੰਦੇ ਸੀ, ਕਹਿੰਦੇ ਜਿਹੜਾ ਬੁਖਾਰ ਉਹਨਾਂ ਨੂੰ ਚੜ੍ਹਨਾ ਤੁਹਾਨੂੰ ਚੜ੍ਹ ਜਾਣਾ, ਜਿਹੜੇ ਫੋੜੇ ਫਿਣਸੀਆਂ ਉਹਨਾਂ ਦੇ ਹੋਣੇ ਤੁਹਾਡੇ ਹੋਣੇ ਆ, ਫਿਰ ਦਵਾਈਆਂ ਲਈ ਜਾਇਓ। ਬਾਣੀ ਨੇ ਉਹਦੀ ਦੁੱਖ ਕੱਟਣੇ ਆ, ਬਾਣੀ ਨਾਲ ਉਹਨੂੰ ਸੁੱਖ ਮਿਲਣਾ। ਅਤੇ ਘੱਟੋ ਘੱਟ ਕਹਿੰਦੇ ਅਗਲੇ ਦਾ ਖੀਰ ਕੜਾ, ਜਲੇਬੀਆਂ ਖਾਧੀਆਂ, ਮਠਿਆਈਆਂ ਖਾਧੀਆਂ, ਉਹਨੂੰ ਵੀ ਕੁਛ ਦਿਓ ਵਿਚਾਰੇ ਨੂੰ ਜਿਹਨੇ ਇੰਨੀ ਮਿਹਨਤ ਮੁਸ਼ਕਤ ਕੀਤੀ ਹੈ। ਦੋ ਜਪਜੀ ਸਾਹਿਬ ਦੇ ਪਾਠ ਜ਼ਰੂਰ ਕਰਾਉਂਦੇ ਸਨ ਇਕੱਲੇ ਇਕੱਲੇ ਜਥੇ ਦੇ ਸਿੰਘ ਤੋਂ, ਫਿਰ ਕਹਿੰਦੇ ਸਨ ਉਹਦੇ ਲਈ ਅਰਦਾਸ ਕਰੋ। ਅੱਜ ਵੀ ਆਪਾਂ ਉੱਥੇ ਸ਼ਾਮ ਨੂੰ ਸੁਬਾਹ ਜਦੋਂ ਲੰਗਰ ਵਰਤਦਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ, ਉਦੋਂ ਇੱਕ ਜਪਜੀ ਸਾਹਿਬ ਦਾ ਪਾਠ ਸਿੰਘ ਉੱਚੀ ਥਾਂ 'ਤੇ ਖੜੋ ਕੇ ਸੁਣਾਉਂਦੇ ਆ। ਉਹ ਇਸੇ ਲਈ ਹੁੰਦਾ ਜਿਹਦਾ ਇੱਕ ਇੱਕ ਕਿਣਕਾ ਇਸ ਲੰਗਰ ਵਿੱਚ ਆਇਆ, ਮਹਾਰਾਜ ਸੇਵਾ ਕੀਤੀ, ਉਹਨਾਂ ਨੂੰ ਇਹਦਾ ਫਲ ਮਿਲੇ। ਜਿਹੜੀ ਜੇ ਤੁਸੀਂ ਨਹੀਂ ਕਰੋਗੇ ਨਾ, ਜਿਹੜਾ ਤੁਹਾਡਾ ਨਿਤਨੇਮ ਹੈ, ਤੁਹਾਡੀ ਸੇਵਾ, ਉਹਦੇ ਵਿੱਚੋਂ ਹਿੱਸਾ ਆਟੋਮੈਟਿਕ ਚਲੇ ਜਾਣਾ। ਜਿਹਨੇ ਸੇਵਾ ਕੀਤੀ ਉਹਦੇ, ਉਹਨੂੰ ਤਾਂ ਰੱਬ ਨੇ ਫਲ ਦੇਣਾ ਹੀ ਦੇਣਾ, ਉਹਦੀ ਕਮਾਈ ਤਾਂ ਅਧੂਰੀ ਜਾਣੀ ਨਹੀਂ ਕਦੇ ਵੀ। ਇਸ ਕਰਕੇ ਭਾਈ ਇਹ ਨਿਯਮ ਸਨ, ਇਹਨਾਂ ਨੂੰ ਭੁੱਲ ਚੁੱਕੇ ਹੈ, ਇਹਨਾਂ ਨੂੰ ਆਪਾਂ ਸਮਝਣ ਤੋਂ ਬੜੇ ਦੂਰ ਚਲੇ ਗਏ। ਇਸ ਕਰਕੇ
ਜੇ ਭਾਈ ਤੁਹਾਡੇ ਜਜਮਾਨ ਦੇ ਘਰ ਵਿੱਚ ਹੈ ਤਾਂ ਹੀ ਵਿਰੋਧ ਦੇ ਘਰ ਵਿੱਚ ਆਊ, ਜੇ ਪਾਠ ਕਰਾਉਣ ਵਾਲੇ ਦੇ ਘਰ ਵਿੱਚ ਮਾਂ ਹੈ ਤਾਂ ਹੀ ਗ੍ਰੰਥੀ ਸਿੰਘ ਦੇ ਘਰ ਆਊਗੀ ਨਾ। ਅਤੇ ਫਿਰ ਗ੍ਰੰਥੀ ਸਿੰਘ ਵੀ ਉਹਨਾਂ ਦਾ ਭਲਾ ਲੋਚੇ, ਅਰਦਾਸ ਨਹੀਂ ਕਰਦੇ ਮਹਾਰਾਜ ਨਗਰ ਖੇੜੇ ਸੁੱਖ ਵਰਤਾਓ, ਸੁੱਖ ਵਰਤੀ ਰਹੇ ਮਹਾਰਾਜ ਨਗਰਾਂ ਦੇ ਵਿੱਚ ਜਿਨ੍ਹਾਂ ਦੇ ਕਰਕੇ ਸਾਡੇ ਗੁਜ਼ਾਰੇ ਚੱਲ ਰਹੇ ਆ। ਸੋ ਇਉਂ ਭਾਈ ਜਿਹੜਾ ਇਸ ਤਰ੍ਹਾਂ ਨਹੀਂ ਕਰਦਾ, ਮਹਾਰਾਜ ਕਹਿੰਦੇ ਨਰਕ ਸੁਧਾਰੈ ਗੁਰ ਨਾ ਸਹਾਇ, ਜਿਹੜਾ ਮਾਇਆ ਲੈ ਕੇ ਪਾਠ ਕਰ ਲਿਆ, ਕੀਰਤਨ ਕਥਾ ਕਰ ਲਿਆ, ਪੂਜਾ ਦਾ ਧਾਨ ਲੈ ਲਿਆ ਅਤੇ ਲਾਇਆ ਦੂਜੇ ਪਾਸੇ, ਸ਼ਰਾਬ ਕਬਾਬ ਖਾ ਲਿਆ ਪੀ ਲਿਆ ਉਡਾੜ ਦਿੱਤਾ, ਮਹਾਰਾਜ ਕਹਿੰਦੇ ਉਹਦੀ ਗੁਰੂ ਨਹੀਂ ਸਹਾਇਤਾ ਕਰੇਗਾ, ਉਹ ਨਰਕਾਂ ਵਿੱਚ ਪਵੇਗਾ। ਬਿਨ ਸਹਾਇਤਾ ਬਹੁ ਦੁੱਖ ਪਾਏ, ਜੇ ਗੁਰੂ ਨਹੀਂ ਸਹਾਇਤਾ ਕਰੇਗਾ ਬੜੇ ਦੁੱਖ ਪਾਵੇਗਾ ਭੋਗੇਗਾ। ਸੁਣ ਸਿੱਖਨ ਗੁਰ ਬਾਕ ਬਿਸਾਲਾ, ਸਤਿਗੁਰਾਂ ਦੇ ਮਹਾਨ ਬਚਨ ਸਿੱਖਾਂ ਨੇ ਸੁਣੇ ਬੜੇ ਪ੍ਰੇਮ ਨਾਲ, ਲੱਗੇ ਸੋ ਕਰਮਨ ਗਨ ਤਿਸ ਕਾਲਾ, ਜਿਹਨੇ ਜਿਹਨੇ ਸੁਣਿਆ ਸਾਰੇ ਸ੍ਰੇਸ਼ਟ ਕਰਮ ਕਰਨ ਲੱਗ ਪਏ, ਚੰਗੇ ਸ਼ੁਭ ਨੇਕ ਕਰਮਾਂ ਵਿੱਚ ਸਾਰੇ ਪ੍ਰਵਿਰਤ ਹੋ ਗਏ, ਸਾਰਿਆਂ ਉੱਤੇ ਮਹਾਨ ਬਖਸ਼ਿਸ਼ਾਂ ਅਤੇ ਰਹਿਮਤਾਂ ਹੋਈਆਂ, ਔਰ ਇਸ ਬਚਨਾਂ ਨੂੰ ਕਮਾ ਕੇ ਉਹਨਾਂ ਦਾ ਵੀ ਉਧਾਰ ਹੋਇਆ। ਆਪਾਂ ਵੀ ਅਰਦਾਸ ਕਰੀਏ ਮਹਾਰਾਜ ਤੁਹਾਡੇ ਬਚਨ ਸਾਡੇ ਜੀਵਨ ਦਾ ਹਿੱਸਾ ਬਣ ਜਾਣ, ਸਾਡਾ ਵੀ ਭਲਾ ਹੋ ਜਾਏ, ਕਿਰਪਾ ਕਰੋ। ਸਾਧ ਸੰਗਤ ਜੀ, ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ ਹੈ, ਕੱਲ੍ਹ 1 ਜੂਨ ਤੋਂ ਸ਼ਹੀਦੀ ਘੱਲੂਘਾਰਾ ਹਫ਼ਤਾ, ਸ਼ਹੀਦੀ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਆਰੰਭ ਹੋ ਰਹੇ ਹੈ। ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਘੱਲੂਘਾਰਾ ਬੜੇ ਸਤਿਕਾਰ ਨਾਲ, ਬੜੀ ਸ਼ਰਧਾ ਨਾਲ, ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ। ਕੱਲ੍ਹ ਸ਼ਾਮ ਤੋਂ ਇਹਨਾਂ ਦੀਵਾਨਾਂ ਵਿੱਚ 4 ਵਜੇ ਤੋਂ 6:30 ਵਜੇ ਤੱਕ ਹੁੰਮ ਹਮਾ ਕੇ ਪਹੁੰਚਣਾ ਸਾਰੀਆਂ ਸੰਗਤਾਂ ਨੇ। 6 ਜੂਨ ਨੂੰ ਸਾਰੇ ਇਲਾਕੇ ਵਿੱਚੋਂ ਸੰਗਤ ਨੇ ਪਹੁੰਚਣਾ, ਔਰ ਆਪਾਂ ਸ਼ਹੀਦਾਂ ਦੇ ਚਰਨਾਂ ਵਿੱਚ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਨਾ, ਇਤਨੀ ਹਾਜ਼ਰੀ ਬੇਨਤੀ ਪ੍ਰਵਾਨ ਕਰਨੀ। ਇਹ 31 ਦਿਨ ਦੇ ਸਮਾਗਮ ਇਸ ਇਲਾਕੇ ਦੇ ਸਨ, ਜਿਨ੍ਹਾਂ ਸੰਗਤਾਂ ਨੇ ਲਗਾਤਾਰ ਇਹਨਾਂ ਸਮਾਗਮਾਂ ਵਿੱਚ ਰੋਜ਼ਾਨਾ ਹਾਜ਼ਰੀ ਭਰੀ, ਮੈਂ ਉਹਨਾਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ, ਦਿਲ ਦੀਆਂ ਗਹਿਰਾਈਆਂ ਵਿੱਚੋਂ ਵਾਰ ਵਾਰ ਉਹਨਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਪ੍ਰੋਗਰਾਮ ਬਣਾਉਣ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ, ਸੇਵਾਵਾਂ ਕੀਤੀਆਂ, ਲੰਗਰਾਂ ਦੀਆਂ, ਦੀਵਾਨਾਂ ਦੀਆਂ, ਸੰਗਤਾਂ ਦੇ ਜਲ ਪਾਣੀ ਦੀਆਂ, ਸੁੰਦਰ ਇੰਤਜ਼ਾਮਾਂ ਦੀਆਂ। ਉਹਨਾਂ ਸੰਗਤਾਂ ਪ੍ਰਬੰਧਕਾਂ ਦਾ ਵੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਾਡੇ ਮਹਾਂਪੁਰਖ ਇਸ ਇਲਾਕੇ ਦੇ ਇਹਨਾਂ ਦੀਵਾਨਾਂ ਵਿੱਚ ਲਗਭਗ ਬਹੁਤ ਹਾਜ਼ਰੀ ਭਰਦੇ ਰਹੇ ਹੈ। ਸਨਮਾਨਯੋਗ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ, ਸੰਤ ਬਾਬਾ ਗੁਰਭੇਟ ਸਿੰਘ ਜੀ ਖੁਡਾਲੇ ਵਾਲੇ ਬੁਲਾਰੇ ਸੰਤ ਸਮਾਜ, ਸੰਤ ਬਾਬਾ ਨਵਤੇਜ ਸਿੰਘ ਜੀ ਗੁਰਦੁਆਰਾ ਚੇਲਿਆਣਾ ਸਾਹਿਬ, ਸੰਤ ਬਾਬਾ ਸੁਖਵੰਤ ਸਿੰਘ ਜੀ ਟੰਨਣਕਿਆਂ ਵਾਲੇ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਤਰਸੇਮ ਸਿੰਘ ਜੀ ਤਾਰਪੁਰ ਰੋਜ਼ਾਨਾ ਹੀ ਆਉਂਦੇ ਰਹੇ, ਭਾਈ ਹਰਗੋਪਾਲ ਸਿੰਘ ਜੀ, ਪੰਡਿਤ ਰਾਮ ਸਰੂਪ ਜੀ ਅਣਖੀ, ਭਾਈ ਰਮਨ ਸਿੰਘ ਜੀ, ਔਰ ਇਸੇ ਤਰ੍ਹਾਂ ਭਾਈ ਜਗਦੀਸ਼ ਸਿੰਘ ਜੀ ਬਮਰਾਹ, ਭਾਈ ਹਰਸ਼ਦੀਪ ਸਿੰਘ ਜੀ, ਡਾਕਟਰ ਅਵਤਾਰ ਸਿੰਘ ਜੀ ਬੁੱਟਰ, ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ, ਸਾਰੀਆਂ ਤਿਆਰੀਆਂ ਅੱਗੇ ਜਾ ਕੇ ਕਰਵਾਉਂਦੇ ਰਹੇ, ਬਹੁਤ ਸੇਵਾ ਇਹਨਾਂ ਨੇ ਨਿਭਾਈ ਹੈ। ਇਸੇ ਤਰ੍ਹਾਂ ਇਸ ਨਗਰ ਤੋਂ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਤਾਰ ਸਿੰਘ ਜੀ, ਮੈਂ ਸਾਰਿਆਂ ਦਾ, ਬਾਬਾ ਨਵਤੇਜ ਸਿੰਘ ਜੀ ਦਾ,
ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਨਗਰ ਪੰਚਾਇਤ ਦਾ, ਜਿਨ੍ਹਾਂ ਦੇ ਨਾਮ ਵਿਸਰ ਗਏ ਉਹਨਾਂ ਦਾ, ਸਾਰਿਆਂ ਦਾ ਹੀ। ਭਾਈ ਮੇਜਰ ਸਿੰਘ ਜੀ ਅਮੈਰੀਕਾ ਤੋਂ ਆਏ, ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਕਨੇਡਾ ਤੋਂ ਪਹੁੰਚ ਚੁੱਕੇ ਹੈ, ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਗਿਆਨੀ ਹਰਦੇਵ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਇਤਨੀ ਹਾਜ਼ਰੀ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਪ੍ਰਵਾਨ ਕਰਨੀ। ਸੁਣ ਸਿੱਖਣ ਗੁਰ ਬਾਕ ਬਸਾਲਾ, ਲਗੇ ਸੁਕਰ ਮਨ ਗਨ ਤੇ ਸਕਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।